ਜਿਹੜੇ ਕਹਿੰਦੇ ਵੀ ਸੰਗਰਾਂਦਾ ਸਾਡੀਆਂ ਵੱਧ ਘੱਟ ਕਰਤੀਆਂ, ਤੁਸੀਂ ਸੰਗਰਾਂਦਾ ਕਿੰਨੀਆਂ ਰੱਖੀਆਂ? ਛੇ ਰੁੱਤਾਂ ਹੈ ਅਤੇ ਇੱਕ ਇੱਕ ਰੁੱਤ ਵਿੱਚ ਦੋ ਦੋ ਮਹੀਨਿਆਂ ਦੀ ਰੁੱਤ ਆ, 12 ਮਹੀਨੇ ਉਹ ਚਾ ਸੰਗਰਾਂਦਾ, 12 ਤੋਂ ਬਾਅਦ 13ਵੀਂ ਕਿੱਦਾਂ ਹੋ ਸਕਦੀ ਹੈ? ਪਰ ਜਿਵੇਂ ਉਹਨਾਂ ਨੇ ਕਿਹਾ ਸੀ ਕਿ ਬਿਕਰਮੀ ਦੇ ਮੁਤਾਬਕ ਗੁਰਬਾਣੀ ਦੇ ਵਿੱਚ ਆਇਆ ਜੀ, ਉਹਦਾ ਤੁਸੀਂ ਫਿਰ ਕੀ ਜਵਾਬ ਦਿੰਦੇ ਹੋ? ਉਹਦਾ ਤਾਂ ਮੈਂ ਜਵਾਬ ਦੇ ਦਿੱਤਾ ਕਿ ਗੁਰੂ ਮਹਾਰਾਜ ਨੇ ਜਿਹੜੀਆਂ ਚੀਜ਼ਾਂ ਉਸ ਵੇਲੇ ਪ੍ਰਚਲਿਤ ਸਨ, ਘੜੀ, ਢੋਲੇ, ਮਾਸੇ, ਉਹਨਾਂ ਸਾਰੀਆਂ ਨੂੰ ਗੁਰਬਾਣੀ ਦੇ ਵਿੱਚ ਵਰਤ ਲਿਆ। ਪਰ ਇਹ ਰੱਥ ਫੇਰਨ ਦੀ ਜਿਹੜੀ ਆਮ ਬੰਦੇ ਨੂੰ ਸਮਝ ਨਹੀਂ ਪੈਣੀ ਵੀ ਰੱਥ ਫੇਰਨ ਕਿਹਨੂੰ ਕਿਹਾ ਜਾਂਦਾ? ਤਾਂ ਮੇਰੇ ਨਾਨਾ ਜੀ ਕਹਿੰਦੇ, ਉਹ ਕਹਿੰਦੇ ਰੱਥ ਫਿਰ ਗਿਆ ਅਤੇ ਹੁਣ ਬਾਰਿਸ਼ ਆਈ ਗਿਆ, ਬਾਰਿਸ਼ ਆਈ ਲਓ, ਉਹਨਾਂ ਨੂੰ ਪਤਾ ਸੀਗਾ ਵੀ ਰੱਥ ਫੇਰਨ ਦਾ ਸੰਬੰਧ ਵਰਖਾ ਰੁੱਤ ਨਾਲ ਆ। ਜਿਵੇਂ ਸਿੱਖਾਂ ਨੇ ਤੁਹਾਡੇ ਨਾਲ ਬਹਿਸ ਕੀਤੀਆਂ ਨੇ, ਕਿਸੇ ਹਿੰਦੂ ਪੰਡਿਤ ਨੇ ਵੀ ਤੁਹਾਡੇ ਨਾਲ ਬਹਿਸ ਕੀਤੀ ਹੈ? ਉਹਨਾਂ ਨੇ ਗੱਲ ਜਿਹੜੀ ਕਹੀ ਹੋਈ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਹੀ ਲੈਂਦਾ। ਕਰ ਲਓ ਭਾਈ, ਤੁਸੀਂ ਹਿੰਦੂ ਸਿੱਖਾਂ ਵਿੱਚ ਪਾੜਾ ਪਾ ਰਹੇ। ਇਹਦਾ ਮਤਲਬ ਜੇ ਤੇ ਉਹਨਾਂ ਦੇ ਮੁਤਾਬਕ ਜਜ਼ਬ ਹੋ ਕੇ ਚੱਲੋ ਫਿਰ ਤੇ ਭਾਈਚਾਰਾ, ਤੇ ਜੇ ਤੁਸੀਂ ਆਪਣੀ ਖੋਜ ਕਰਕੇ ਦੇ ਦਿਓ ਫਿਰ ਪਾੜਾ। ਤੇ ਜੇ ਮੈਂ ਤੁਹਾਨੂੰ ਪੁੱਛਾਂ, ਹਾਂਜੀ, ਵੀ ਹੁਣ ਇਸ ਵਕਤ ਤੁਹਾਡੀ ਘੜੀ ਦੇ ਮੁਤਾਬਕ 3:25 ਹੋਏ ਨੇ, ਹਾਂਜੀ, ਤੇ ਕਿੰਨੀਆਂ ਘੜੀਆਂ ਤੇ ਕਿੰਨੇ ਪਲ ਦਿਨ ਗਿਆ ਤੁਸੀਂ ਜਵਾਬ ਦੇ ਪਾਓਗੇ? ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਮੱਖੂ ਤਹਿ ਦਿਲ ਤੋਂ ਸਵਾਗਤ ਕਰਦਾ ਹਾਂ ਦਰਸ਼ਕ ਤੁਹਾਡੇ ਪਸੰਦੀਦਾ ਪ੍ਰੋਗਰਾਮ ਵਿੱਚ। ਜਿਵੇਂ ਕਿ ਤੁਹਾਨੂੰ ਪਤਾ ਕਿ ਮੈਂ ਐਡਮਿੰਟਨ ਕੈਨੇਡਾ ਦੀ ਧਰਤੀ 'ਤੇ ਆਇਆ ਹੋਇਆ ਵਾਂ, ਅਤੇ ਜਦੋਂ ਐਡਮਿੰਟਨ ਦਾ ਨਾਮ ਸੁਣਿਆ ਮਨ ਦੇ ਵਿੱਚ ਖਿਆਲ ਆਇਆ ਕਿ ਬਾਪੂ ਪਾਲ ਸਿੰਘ ਪੁਰੇਵਾਲ ਜੋ ਐਡਮਿੰਟਨ ਦੀ ਧਰਤੀ 'ਤੇ ਰਹਿ ਰਹੇ ਨੇ, ਜਿਨ੍ਹਾਂ ਨੇ ਨਾਨਕਸ਼ਾਹੀ ਕੈਲੰਡਰ ਦੇ ਉੱਪਰ ਕਰੀਬ 60 ਸਾਲ ਦੀ ਪੂਰੀ ਮਿਹਨਤ ਕਰਕੇ ਕੌਮ ਨੂੰ ਇੱਕ ਨਵੇਕਲੀ ਚੀਜ਼ ਕੌਮ ਦੀ ਝੋਲੀ ਦੇ ਵਿੱਚ ਪਾਈ ਹੈ, ਅਤੇ ਇਹਨਾਂ ਦੇ ਨਾਲ ਕੁਛ ਵਿਚਾਰਾਂ ਦੀ ਸਾਂਝ ਕਰਾਂ, ਕੁਛ ਆਦਾਨ ਪ੍ਰਦਾਨ ਕਰਾਂ, ਅਤੇ ਉਹਨਾਂ ਦੇ ਜਿਹੜੇ ਵਿਚਾਰ ਨੇ ਉਹ ਤੁਹਾਡੇ ਤੱਕ ਲੈ ਕੇ ਆਵਾਂ, ਇੱਕ ਵਧੀਆ ਡਾਕੀਏ ਦਾ ਇੱਕ ਫਰਜ਼ ਨਿਭਾਵਾਂ। ਆਓ ਬਹੁਤਾ ਸਮਾਂ ਜਾਇਆ ਨਾ ਕਰਦੇ ਹੋਏ ਬਾਪੂ ਪਾਲ ਸਿੰਘ ਪੁਰੇਵਾਲ ਨੂੰ ਤੁਹਾਡੇ ਰੂਬਰੂ ਕਰਵਾਉਣ ਜਾ ਰਿਹਾ ਵਾਂ ਅੱਜ ਦੇ ਆਪਣੇ ਇਸ ਪ੍ਰੋਗਰਾਮ ਦੇ ਵਿੱਚ। ਅਸੀਂ ਬਾਪੂ ਪਾਲ ਸਿੰਘ ਪੁਰੇਵਾਲ ਨੂੰ ਜੀ ਆਇਆਂ ਆਖਦੇ ਹਾਂ। ਬਾਪੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕੀ ਫਤਿਹ ਜੀ, ਸਿਹਤ ਕੈਸੀ ਹੈ ਚੜ੍ਹਦੀ ਕਲਾ ਜੀ? ਠੀਕ ਹੈ, ਸ਼ੁਕਰ ਆ ਗੁਰੂ, ਧੰਨਵਾਦ ਜੀ, ਅਸੀਂ ਬੇਨਤੀ ਕੀਤੀ, ਤੁਸੀਂ ਸਾਡੀ ਬੇਨਤੀ ਪ੍ਰਵਾਨ ਕੀਤੀ ਹੈ, ਤੁਸੀਂ ਇੱਥੇ ਚੱਲ ਕੇ ਆਏ ਜੀ ਆਇਆਂ ਨੂੰ ਜੀ। ਬਾਪੂ ਜੀ, ਜਦੋਂ ਅਸੀਂ ਗੱਲ ਕਰਦੇ ਹਾਂ ਨਾਨਕਸ਼ਾਹੀ ਕੈਲੰਡਰ ਦੀ, ਆਪਾਂ ਕੱਲ੍ਹ ਵੀ ਛੋਟੀ ਜਿਹੀ ਗੱਲ ਕਰਦੇ ਪਏ ਸਾਂ ਜੀ ਕਿ ਜਿਹੜੇ ਲੋਕ ਕਹਿੰਦੇ ਨੇ ਕਾਮਰੇਡ ਕਾਮਰੇਡ, ਉਹ ਤੁਸੀਂ ਜਵਾਬ ਦੇ ਦਿੱਤਾ ਕਿ ਭਾਈ ਮੈਂ ਗੁਰਬਾਣੀ ਪੜ੍ਹਨ ਵਾਲਾ, ਹਾਂਜੀ, ਰੌਲ ਲਾਈਆਂ ਨੇ, ਗੁਰਬਾਣੀ ਦੇ ਅਰਥ ਕੀਤੇ ਨੇ, ਸ਼ਬਦਾਂ ਦੀ ਵਿਚਾਰ ਕੀਤੀ ਹੈ, ਬੜਾ ਕੁਛ ਕੀਤਾ ਹੈ, ਪਰ ਫਿਰ ਵੀ ਜਿਹਨਾਂ ਨੇ ਕਾਮਰੇਡ ਕਾਮਰੇਡ ਕਹਿ ਕੇ ਤੇ ਉਹ ਲੈਵਲ ਲਾਉਣਾ, ਉਹਨਾਂ ਬਾਰੇ ਕੁਛ ਕਿਹਾ ਨਹੀਂ ਜਾ ਸਕਦਾ ਜੀ। ਤੇ ਇੱਕ ਸਵਾਲ ਤੁਹਾਡੇ ਤੇ ਹੋਰ ਬੜਾ ਉੱਠਦਾ, ਕਹਿੰਦੇ ਕਿ ਜਿੱਦਣ ਦੇ ਪਾਲ ਸਿੰਘ ਪੁਰੇਵਾਲ, ਮੈਂ ਹੁਣ ਮਾਫੀ ਮੰਗਦਾ ਕਿ ਜੋ ਵਰਡ ਆਉਂਦਾ, ਕਹਿੰਦੇ ਜਿੱਦਣ ਦੇ ਕਾਮਰੇਡ ਪਾਲ ਸਿੰਘ ਪੁਰੇਵਾਲ ਨੇ ਨਾਨਕਸ਼ਾਹੀ ਕੈਲੰਡਰ ਕਹਿੰਦੇ ਜਿਸ ਵੇਲੇ ਕੌਮ ਦੀ ਝੋਲੀ ਦੇ ਵਿੱਚ ਪਾਇਆ, ਕਹਿੰਦੇ ਸਾਡੀਆਂ ਸੰਗਰਾਂਦਾਂ ਦੋ ਦੋ ਹੋ ਗਈਆਂ, ਇਹਦਾ ਕੀ ਕਾਰਨ ਹੈ? ਗੱਲ ਇਹ ਹੈ ਜੀ, ਅਸੀਂ ਨਾਨਕਸ਼ਾਹੀ ਕੈਲੰਡਰ ਦੇ ਸਾਲ ਦੀ ਜਿਹੜੀ ਲੰਬਾਈ ਹੈ ਉਹ ਬਿਕਰਮੀ ਕੈਲੰਡਰ ਦੇ ਸਾਲ ਦੀ ਲੰਬਾਈ ਨਾਲੋਂ ਛੋਟੀ ਰੱਖੀ ਆ, ਕਿਉਂਕਿ ਜਿਹੜਾ ਰੁੱਤੀ ਸਾਲ ਆ ਜਿਹਨੂੰ ਟ੍ਰੋਪੀਕਲ ਈਅਰ ਕਹਿੰਦੇ ਆ, ਜਿਹਦੇ ਮੁਤਾਬਕ ਰੁੱਤਾਂ ਬਣਦੀਆਂ ਆ ਜੀ, ਬਿਕਰਮੀ ਕੈਲੰਡਰ ਦੀ ਲੰਬਾਈ ਉਹਦੇ ਨਾਲੋਂ ਵੱਡੀ ਆ। ਜੇ ਅਸੀਂ ਇਹ ਇਨਸ਼ੋਰ ਕਰਨਾ, ਯਕੀਨਨ ਇਹ ਗੱਲ ਬਣਾਉਣੀ ਆ ਕਿ ਜਿਹੜੀਆਂ ਰੁੱਤਾਂ ਗੁਰੂ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਆਪਣੇ ਸ਼ਬਦਾਂ ਰਾਹੀਂ ਦੱਸੀਆਂ ਆ, ਦਰਸਾਈਆਂ, ਉਹ ਉਹਨਾਂ ਮਹੀਨਿਆਂ ਵਿੱਚ ਹੀ ਰਹਿਣ ਜਿਹਨਾਂ ਮਹੀਨਿਆਂ ਵਿੱਚ ਗੁਰਬਾਣੀ 'ਚ ਦੱਸਦਾ, ਤਾਂ ਫਿਰ ਕੋਈ ਹੋਰ ਤਰੀਕਾ ਨਹੀਂ ਕਿ ਸੰਗਰਾਂਦਾਂ ਨੂੰ ਫਿਕਸ ਕੀਤਾ ਜਾਵੇ। ਜਿਵੇਂ ਬਿਕਰਮੀ ਕੈਲੰਡਰ ਦੀਆਂ ਜਿਹੜੀਆਂ ਸੰਗਰਾਂਦਾਂ ਆ ਉਹ ਰੁੱਤਾਂ ਦੇ ਵਿੱਚ ਸਥਿਰ ਨਹੀਂ। ਅਕਾਲ ਤਖ਼ਤ ਸਾਹਿਬ ਮੀਟਿੰਗ ਹੋਈ ਸੀਗੀ, ਉੱਥੇ ਮੈਂ ਦੋ ਟੁੱਕ ਗੱਲ ਕੀਤੀ ਸੀ, ਸੰਗਰਾਂਦਾਂ ਦੀ ਗੱਲ ਚੱਲਦੀ ਸੀ। ਮੈਂ ਕਿਹਾ ਜਾਂ ਤਾਂ ਨਾਨਕਸ਼ਾਹੀ ਕੈਲੰਡਰ ਦੀਆਂ ਸੰਗਰਾਂਦਾਂ ਰੱਖੋ, ਅਤੇ ਕੈਲੰਡਰ ਸਦਾ ਵਾਸਤੇ ਗੁਰਬਾਣੀ ਦੇ ਮੁਤਾਬਕ ਉਹ ਹੀ ਰੁੱਤਾਂ ਹੋਣਗੀਆਂ ਸਾਰੀਆਂ ਮਹੀਨਿਆਂ ਵਿੱਚ ਜਿਹੜੀਆਂ ਹੋਣ, ਸਦਾ ਕੋਈ ਰੁੱਤ ਜੇ ਅਸਾੜ ਬੰਦਾ ਤਾਂ ਇਸ ਲੱਗੇ, ਜੇ ਅਸਾੜ ਦੇ ਵਿੱਚ ਗਰਮੀ ਗੁਰੂ ਮਹਾਰਾਜ ਨੇ ਦੱਸੀ ਹੈ ਤਾਂ ਸਦਾ ਹੀ ਅਸਾੜ ਵਿੱਚ ਗਰਮੀ ਹੋਵੇਗੀ। ਓਕੇ, ਹਾਂ, ਤਾਂ ਫਰਕ ਨਹੀਂ ਪਏਗਾ ਨਾ, ਬਿਕਰਮੀ 'ਚ ਇਹ ਸੰਭਵ ਨਹੀਂ ਗੱਲ। ਅਤੇ ਜੇ ਮੈਂ ਕਿਹਾ ਵੀ ਤੁਸੀਂ ਬਿਕਰਮੀ ਰੱਖਣੀ ਹੈ ਤਾਂ ਫਿਰ ਸਾਲ ਦੀ ਲੰਬਾਈ ਤੁਹਾਡੀ ਉਹ ਹੀ ਰਹਿਣੀ ਹੈ ਜਿਹੜੀ ਰੁੱਤਾਂ ਨਾਲ ਰੁੱਤੀ ਸਾਲ ਨਾਲੋਂ ਵੱਡੀ ਹੈ, ਅਤੇ ਫਿਰ ਰੁੱਤਾਂ ਜਿਹੜੀਆਂ ਉਹ ਮਹੀਨਿਆਂ ਦੇ ਵਿੱਚ ਖਿਸਕਦੀਆਂ ਹੀ ਰਹਿਣੀਆਂ। ਓਕੇ, ਸੋ ਇਹ ਬਹੁਤ ਇੰਪੋਰਟੈਂਟ ਗੱਲ ਸੀ। ਹੁਣ ਦੋ ਦੋ ਸੰਗਰਾਂਦਾਂ ਦੀ ਆਪਾਂ ਗੱਲ ਕਰ ਲਈਏ। ਕਰੰਟਲੀ ਜਾਣੀ ਅੱਜ ਕੱਲ੍ਹ ਇਹਨਾਂ ਸਾਲਾਂ ਵਿੱਚ 3-4
ਸੰਗਰਾਂਦਾਂ ਜਿਹੜੀਆਂ ਉਹ ਬਿਕਰਮੀ ਕੈਲੰਡਰ ਨਾਲੋਂ ਸਾਡੀਆਂ ਵੱਖਰੀਆਂ ਹੈ ਜੀ ਅਤੇ ਹੌਲੀ ਹੌਲੀ ਕਿਉਂਕਿ ਬਿਕਰਮੀ ਕੈਲੰਡਰ 'ਚ ਖਿਸਦੀਆਂ ਜਾ ਰਹੀਆਂ ਸਾਰੀਆਂ ਹੀ ਵੱਖਰੀਆਂ ਹੋ ਜਾਣੀਆਂ। ਜੇ ਅਸੀਂ 3000 ਸਨ ਦਾ ਕੈਲੰਡਰ ਲੈ ਲਈਏ ਤਾਂ ਉਹਦੇ ਵਿੱਚ ਬਿਕਰਮੀ ਸਾਡੀਆਂ ਸੰਗਰਾਂਦਾਂ ਦੇ ਨਾਲੋਂ 2 ਹਫ਼ਤਿਆਂ ਦਾ ਫਰਕ ਆ। ਅੱਛਾ, ਹੁਣ ਜਿਹੜਾ ਇੱਕ ਦਿਨ ਦਾ 2 ਹਫ਼ਤਿਆਂ ਦਾ ਫਰਕ ਆਏਗਾ, 500 ਸਾਲ ਦੇ ਅੰਦਰ 1 ਹਫ਼ਤੇ ਦਾ ਫਰਕ ਪੈ ਜਾਂਦਾ ਹੈ, 1000 ਸਾਲ ਦੇ ਵਿੱਚ 2 ਹਫ਼ਤਿਆਂ ਦਾ ਫਰਕ। ਮੈਂ 3000 ਸਨ ਦਾ ਕੈਲੰਡਰ ਤਿਆਰ ਕੀਤਾ ਆ ਇਕੱਲੇ ਇਕੱਲੀ ਡੇਟ ਦਾ, ਉਸ ਦੇ ਵਿੱਚ ਬਿਕਰਮੀ ਕੈਲੰਡਰ ਦੀ ਜਿਹੜੀ ਵਿਸਾਖੀ ਆ ਉਹ ਪੰਜਾਬ ਵਾਲੇ ਸਿਸਟਮ ਦੇ ਮੁਤਾਬਕ 27 ਅਪ੍ਰੈਲ ਨੂੰ ਆ, ਅਤੇ ਨਾਨਕਸ਼ਾਹੀ ਕੈਲੰਡਰ ਦੀ ਵਿਸਾਖੀ ਜਿਹੜੀ ਆ ਉਹ 14 ਅਪ੍ਰੈਲ ਨੂੰ ਆ, ਅਤੇ ਨਾਨਕਸ਼ਾਹੀ ਕੈਲੰਡਰ 'ਚ 10,000 ਸਾਲ ਨੂੰ ਵੀ 14 ਅਪ੍ਰੈਲ ਨੂੰ ਹੋਣੀ ਆ, ਅਤੇ ਰੁੱਤ ਉਹੀ ਰਹੇਗੀ ਜਿਹੜੀ ਅੱਜ ਕੱਲ੍ਹ ਰੁੱਤ ਹੈਗੀ ਆ ਸਾਰਿਆਂ ਮਹੀਨਿਆਂ ਵਿੱਚ। ਤੁਹਾਡੇ ਕੈਲੰਡਰ ਦੇ ਮੁਤਾਬਕ ਰੁੱਤ ਵੀ ਉਹੀ ਰਹੇਗੀ? ਹਾਂਜੀ, ਜਿਹੜੀ ਗੁਰਬਾਣੀ ਦੇ ਅਕੋਰਡਿੰਗ ਚੱਲੇ। ਜੇ ਹੁਣ ਸਾਵਣ ਹੈ ਤੇ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਮੰਤਨ ਰਤਾ ਸੱਚ ਰੰਗ, ਹਨ ਹਾਂਜੀ, ਉਹ ਸਾਰਾ ਜਿਹੜਾ ਜ਼ਿਕਰ ਹੈ ਉਹ ਪੂਰਾ ਮਾਹੌਲ ਮਿਲੇਗਾ। ਐਬਸੋਲਿਊਟਲੀ ਐਬਸੋਲਿਊਟ, ਤੇ ਡੇਟ ਵੀ ਜਿਹੜੀ ਹੈ ਕਰੀਬ 14 ਦੇ ਲਾਗੇ ਤਾਗੇ ਰਹੇਗੀ। ਲਾਗੇ ਤਾਗੇ ਨਹੀਂ, ਸਦਾ ਹੀ 14 ਹੋਵੇਗੀ, ਸਦਾ ਹੀ 14 ਹੋਏਗਾ। ਤੇ ਨਾਲ ਮੈਂ ਹੋਰ ਐਗਜ਼ਾਮਪਲ ਵੀ ਦੇ ਦਿੰਦਾ, ਤੁਖਾਰੀ ਰਾਗ ਦੇ ਵਿੱਚ ਗੁਰੂ ਮਹਾਰਾਜ ਦਾ ਫਰਮਾਨ ਆ ਗੁਰੂ ਨਾਨਕ ਪਾਤਸ਼ਾਹ ਦਾ, ਅਸਾੜ ਦੇ ਮਹੀਨੇ ਵਿੱਚ ਰਾਤ ਫਿਰੈ ਛਾਇਆ ਤਨ ਤਾਕੈ ਟਿੰਡ ਲਵੇ ਮੰਝ ਬਾਰੇ ਜੀ। ਇਹ ਜਿਹੜੀ ਰਾਤ ਫਿਰਨ ਦੀ ਕਿਰਿਆ ਆ, ਸੂਰਜ ਜਿਹੜਾ ਆ ਆਪਣੇ ਪੰਧ ਵਿੱਚ ਚੱਲਦਾ ਆ, ਜੇ ਆਪਾਂ 21 ਮਾਰਚ ਨੂੰ ਦੇਖੀਏ ਐਨ ਈਸਟਰ ਨੂੰ ਚੜ੍ਹਦਾ ਹੈ ਅਤੇ ਫਿਰ ਉੱਤਰ ਵੱਲ ਜਾਂਦਾ ਹੈ, ਉਤਰਾਇਣ ਹੁੰਦਾ ਉਸਨੂੰ ਕਹਿੰਦੇ, ਉੱਤਰ ਵੱਲ ਨੂੰ ਸੂਰਜ ਦੀ ਚਾਲ ਆ, ਅਤੇ ਜਦੋਂ ਵੱਧ ਤੋਂ ਵੱਧ ਉੱਤਰ ਵੱਲ ਚੱਲ ਜਾਂਦਾ ਉਸ ਦਿਨ ਬੜੇ ਤੋਂ ਬੜਾ ਦਿਨ ਹੁੰਦਾ ਆ ਜੀ। ਅਤੇ ਅਗਲੇ ਸਾਲ ਫੇਲ ਜਦੋਂ ਉੱਥੋਂ ਵਾਪਸ ਆਵੇ ਸੂਰਜ, ਅਤੇ ਉਹ ਸਾਲ ਦੀ ਜਿਹੜੀ ਲੰਬਾਈ ਆ ਉਸਨੂੰ 32 ਸਾਲ ਟ੍ਰੋਪੀਕਲ ਈਅਰ ਕਹਿੰਦੇ ਆ ਜੀ, ਅਤੇ ਉਹ ਲੰਬਾਈ ਨਾਨਕਸ਼ਾਹੀ ਕੈਲੰਡਰ ਦੀ ਅਸੀਂ ਰੱਖੀ ਆ। ਉਹ ਇੰਟਰਨੈਸ਼ਨਲ ਲੈਵਲ 'ਤੇ ਵੀ ਇਹ 4 ਪੋਜੀਸ਼ਨਾਂ ਹੁੰਦੀਆਂ ਆ ਜਿਹਨਾਂ ਦੀ ਐਵਰੇਜ ਕੱਢ ਕੇ ਟ੍ਰੋਪੀਕਲ ਈਅਰ ਮੰਨਿਆ ਜਾਂਦਾ ਆ। ਇੱਕ ਤਾਂ ਜਿਹੜਾ ਰਾਤ ਫਿਰਨ ਦੀ ਹਾੜ੍ਹ ਦੇ ਵਿੱਚ ਕਿਰਿਆ ਆ, ਦੂਜਾ ਰਾਤ ਫਿਰਨ ਦੀ ਕਿਰਿਆ ਜਿਹੜੀ ਪੋਹ ਦੇ ਵਿੱਚ ਆ। ਪਰ ਇਹ ਰਥ ਫਿਰਨ ਦੀ ਜਿਹੜੀ ਆਮ ਬੰਦੇ ਨੂੰ ਸਮਝ ਨਹੀਂ ਪੈਣੀ ਵੀ ਰਥ ਫਿਰਨ ਕਿਹਨੂੰ ਕਿਹਾ ਜਾਂਦਾ ਹੈ? ਰਥ ਫਿਰਨ ਜਿਹੜਾ ਆ ਸੂਰਜ ਦਾ ਮੁੰਡ ਨੂੰ ਮੁੰਡਣਾ ਕਹਿੰਦੇ ਆ। ਮੈਂ ਤੁਹਾਨੂੰ ਆਪਣੀ ਗੱਲ ਦੱਸ ਦਿੰਦਾ, ਮੈਂ ਜਿਸ ਵੇਲੇ ਕੋਈ 12-13 ਸਾਲਾਂ ਦਾ ਹੋਊ ਸਕੂਲੇ ਪੜ੍ਹਦਾ ਸੀ, ਮੈਂ ਆਪਣੇ ਪਿੰਡ ਬਿਲਗੇ ਨਾਨਕੀ ਗਿਆ ਛੁੱਟੀਆਂ ਨੂੰ, ਤਾਂ ਜੂਨ ਜੁਲਾਈ 'ਚ ਛੁੱਟੀਆਂ ਹੁੰਦੀਆਂ ਤੁਹਾਨੂੰ ਪਤਾ ਹੈ, ਅਤੇ ਰਥ ਵੀ ਜੂਨ ਦੇ ਵਿੱਚ ਫਿਰਦਾ ਆ, ਅਤੇ ਅਸੀਂ ਮੈਂ ਆਪਣੇ ਬਾਹਰ ਗਿਆ ਜਿੱਥੇ ਸਾਡਾ ਖੂਹ ਸੀ ਮੇਰੇ ਨਾਨਕਿਆਂ ਦਾ, ਤਾਂ ਮੇਰੇ ਨਾਨਾ ਜੀ ਕਹਿੰਦੇ, ਉਹ ਕਹਿੰਦੇ ਰਾਤ ਫਿਰ ਗਿਆ ਅਤੇ ਹੁਣ ਬਾਰਿਸ਼ ਆਈ ਗਿਆ, ਬਾਰਿਸ਼ ਆਈ ਲਓ। ਉਹਨਾਂ ਨੂੰ ਪਤਾ ਸੀਗਾ ਵੀ ਰਾਤ ਫਿਰਨ ਦਾ ਸੰਬੰਧ ਵਰਖਾ ਰੁੱਤ ਨਾਲ ਆ। ਓਕੇ, ਇੱਥੇ ਆਪਣੇ ਕੋਲ ਜੰਤਰੀਆਂ ਪਈਆਂ ਆ, ਇਸ ਜੰਤਰੀ 'ਚੋਂ ਦੇਖਿਆ ਜਾ ਸਕਦਾ ਆ ਕਿ ਜਿੱਦਣ 21 ਜੂਨ ਵੱਡੇ ਤੋਂ ਵੱਡਾ ਦਿਨ ਵਾ, ਤਾਂ ਉਸ ਵੇਲੇ ਰਾਤ ਦਾ ਵੀ ਇਹਨਾਂ ਨੇ ਜ਼ਿਕਰ ਕੀਤਾ ਵੀ ਦਕਸ਼ਿਨਾਇਣ ਸ਼ੁਰੂ ਦੱਖਣ ਵੱਲ ਨੂੰ, ਅਤੇ ਨਾਲ ਵਰਖਾ ਰੁੱਤ ਵੀ ਆਰੰਭ ਲਿਖੀ ਹੀ ਆ ਜਿਹੜੀ ਗੁਰੂ ਮਹਾਰਾਜ ਨੇ ਫਰਮਾਇਆ ਉਸ ਤੱਕ ਵਿੱਚ ਤੀਂਡ ਲਵੇ ਮੰਝ ਬਾਰੇ ਜੀ। ਹਾਂਜੀ, ਉਹ ਵਰਖਾ ਰੁੱਤ ਵੱਲ ਇਸ਼ਾਰਾ ਆ। ਸੋ ਇਹ ਅਸੀਂ ਨਾਨਕਸ਼ਾਹੀ ਕੈਲੰਡਰ ਬਿਲਕੁਲ ਪਹਿਲਾ ਪੁਆਇੰਟ ਹੀ ਸਾਡਾ ਇਹ ਸੀ ਵੀ ਗੁਰਬਾਣੀ ਅਨੁਸਾਰ ਤੁਹਾਡੀ 3000 ਸਾਲ ਤੱਕ ਡੇਟ ਕੋਈ ਹਿਲਦੀ ਨਹੀਂ, 10,000 ਸਾਲ ਤੱਕ ਨਹੀਂ ਹਿਲਦੀ, ਅਤੇ ਉਹ ਜਿਹੜੀਆਂ ਨੇ 3000 ਬਾਅਦ 2 ਹਫ਼ਤੇ ਦਾ 3 ਹਫ਼ਤੇ ਦਾ ਫਰਕ ਪੈ ਜਾਂਦਾ, 1000 ਸਾਲ ਬਾਅਦ 2 ਹਫ਼ਤਿਆਂ ਦਾ ਫਰਕ ਪੈ ਜਾਂਦਾ ਹੈ। ਬੱਲੇ ਬੱਲੇ 3000 ਸਾਲ ਦੇ ਵਿੱਚ ਕੀ ਬਣੇਗਾ? ਹਾਂ, ਤੁਸੀਂ ਗਾਂ ਦੇਖ ਲਓ, ਉਹਨੂੰ 2 ਹਫ਼ਤਿਆਂ ਨੂੰ 3 ਨਾਲ ਗੁਣਾ ਕਰ ਦਿਓ, 6 ਹਫ਼ਤਿਆਂ ਦਾ 1.5 ਮਹੀਨੇ ਦਾ, 1.5 ਮਹੀਨੇ ਦਾ ਫਰਕ। ਹਾਂਜੀ, ਅਤੇ ਗਾਂ ਤੁਸੀਂ ਦੇਖ ਲਓ, ਕੁਝ ਐਸਾ ਵੀ ਹੋਏਗਾ ਅਸਾੜ ਤਪੰਦਾ, ਆਪਾਂ ਵਿਆਖਿਆ ਲੱਗਾਂਗੇ ਕਰਨ, ਪਰ ਉਸ ਰੁੱਤ ਵਿੱਚ ਅਸਾੜ ਤਪੰਦਾ ਹੁੰਦਾ ਹੀ ਨਹੀਂ ਹੋਵੇਗਾ ਫਿਰ। ਬਿਲਕੁਲ, ਇਹ ਤਾਂ ਸਮੱਸਿਆ ਸੀਗੀ ਜਿਸ ਨੂੰ ਅਸੀਂ ਮੂਹਰੇ ਰੱਖ ਕੇ ਕੈਲੰਡਰ ਬਣਾਇਆ। ਇੱਕ ਇਹ ਗੱਲ ਸੀ ਕਿ ਗੁਰਬਾਣੀ ਦੇ ਮੁਤਾਬਕ ਕੈਲੰਡਰ ਚਾਹੀਦਾ, ਦੂਜੀ ਗੱਲ ਸੀ ਵੀ ਸਾਡੀ ਕੌਮ ਦਾ ਆਪਣਾ ਕੈਲੰਡਰ ਚਾਹੀਦਾ। ਤੁਹਾਡੇ ਮੁਤਾਬਕ ਉਹ 'ਚ ਤੁਸੀਂ ਸੰਗਰਾਂਦਾਂ ਕਿੰਨੀਆਂ ਰੱਖੀਆਂ ਨੇ? ਜਿਹੜੇ ਕਹਿੰਦੇ ਵੀ ਸੰਗਰਾਂਦਾਂ ਸਾਡੀਆਂ ਵੱਧ ਘੱਟ ਕਰਤੀਆਂ, ਤੁਸੀਂ ਸੰਗਰਾਂਦਾਂ ਕਿੰਨੀਆਂ ਰੱਖੀਆਂ? ਗੱਲ ਇਹ ਆ ਜੀ ਵੀ 12 ਮਹੀਨੇ ਆ 12 ਮਾਹਾਂ ਵਿੱਚ, ਰੁੱਤੀ ਸਲੋਕ ਦੇ ਵਿੱਚ ਵੀ ਜਿਹੜੇ ਮਹੀਨੇ ਆ ਉਹ 6 ਰੁੱਤਾਂ ਆ, ਅਤੇ ਇੱਕ ਇੱਕ ਰੁੱਤ ਵਿੱਚ 2 ਮਹੀਨਿਆਂ ਦੀ ਰੁੱਤ ਆ, 12 ਮਹੀਨੇ ਉਹ 'ਚ ਆ ਸੰਗਰਾਂਦਾਂ, 12 ਤੋਂ ਬਾਅਦ 13ਵੀਂ ਕਿੱਦਾਂ ਹੋ ਸਕਦੀ ਹੈ? ਸੰਗਰਾਂਦਾਂ ਤਾਂ 12 ਹੀ ਆ। ਫਿਰ ਤੁਹਾਡੇ ਵਿਰੋਧੀ ਤੁਹਾਡੇ ਤੋਂ ਉਂਗਲ ਕਿਉਂ ਚੁੱਕਦੇ ਆ, ਕਹਿੰਦੇ ਇਹਨਾਂ ਨੇ ਸੰਗਰਾਂਦਾਂ 2-2 ਕਰਤੀਆਂ? ਅਸੀਂ 2-2 ਸੰਗਰਾਂਦਾਂ ਨਹੀਂ ਕੀਤੀਆਂ, ਨਾਨਕਸ਼ਾਹੀ ਕੈਲੰਡਰ ਵਿੱਚ 12 ਆ, ਅਤੇ ਜਿਹੜੇ 2 ਬੇੜੀਆਂ 'ਚ ਜਿਹਨਾਂ ਨੂੰ ਪੈਰ ਰੱਖੇ ਆ, ਕਿੱਧਰਲੀ ਬੇੜੀ 'ਚ ਕਿੱਧਰਲੀ ਬੇੜੀ 'ਚ, ਉਹਨਾਂ ਲਈ 2-2 ਸੰਗਰਾਂਦਾਂ ਆ। ਜਿਹੜੇ ਨਾਨਕਸ਼ਾਹੀ ਇੱਥੇ ਗੁਰੂ ਘਰ ਇੱਦਾਂ ਹੈਗੇ ਆ,
ਮੇਰੀ ਕਈ ਵਾਰ ਉਹਨਾਂ ਨਾਲ ਗੱਲਬਾਤ ਹੋਈ ਹੈ ਕਮੇਟੀਆਂ ਨਾਲ, ਜਿਹੜੇ ਸਿਰਫ ਨਾਨਕਸ਼ਾਹੀ ਕੈਲੰਡਰ ਦੀਆਂ ਸਗਰਾਂਦਾਂ ਦੇ ਮੁਤਾਬਕ ਹੀ ਸਗਰਾਂਦਾਂ ਬਣਾਉਂਦੇ ਆ, ਉਹ ਨਹੀਂ ਬਿਕਰਮੀ ਦੇ ਮੁਤਾਬਕ ਬਣਾਉਂਦੇ। ਉਹਨਾਂ ਲਈ ਤਾਂ 12 ਹੀ ਆ, ਦੋ ਦੋ ਸਗਰਾਂਦਾਂ ਉਹਨਾਂ ਲਈ ਆ ਜਿਹਨਾਂ ਉੱਧਰ ਬਿਕਰਮੀ ਵੱਲ ਵੀ ਦੇਖਣਾ ਵੀ ਉੱਧਰ ਕੀ ਹੋ ਰਿਹਾ। ਜੇ ਇਸ ਕੈਲੰਡਰ ਨੂੰ ਅਸੀਂ ਤਿਆਗ ਦਿੱਤਾ, ਛੱਡ ਦਿੱਤਾ, ਅਸੀਂ ਉਹਨਾਂ ਦੀਆਂ ਸਗਰਾਂਦਾਂ ਨੂੰ ਕੀ ਲਈਏ? ਆਹ ਪੰਚਾਂਗ ਆ ਜਾਂ ਜੰਤਰੀ ਆ, ਕੁਰਾਲੀ ਤੋਂ ਸ਼ਬਦੀ ਆ, ਇਹਦੇ ਵਿੱਚ 24 ਸਗਰਾਂਦਾਂ ਆ। 12 ਸਗਰਾਂਦਾਂ ਜਿਹੜੀਆਂ ਆ ਉਹ ਤਾਂ ਜਿਹੜੀਆਂ ਪ੍ਰਚਲਿਤ ਸਿਸਟਮ ਆ, ਤੇ 12 ਸਗਰਾਂਦਾਂ ਆ ਗੋਰਿਆਂ ਦੇ ਸਿਸਟਮ ਵਾਲੀਆਂ ਜਿਹਨੂੰ ਸਾਇਨਾ ਸਿਸਟਮ ਕਹਿੰਦੇ ਆ, ਉਹਦੇ ਵਿੱਚ ਉਹਨਾਂ ਤਰੀਕਾਂ 'ਚ ਵੀ ਲਿਖਿਆ ਹੈਗਾ ਸੰਗਰਾਂਦ, ਸੰਕ੍ਰਾਂਤੀ ਲਿਖਿਆ ਹੈ। ਸੰਕ੍ਰਾਂਤੀ ਦਾ ਮਤਲਬ ਸੰਗਰਾਂਦ ਹੀ ਹੈ ਨਾ ਜੀ। 24 ਸਗਰਾਂਦਾਂ ਹੋ ਗਈਆਂ ਨਾ ਇਹਦੇ ਵਿੱਚ, ਤੇ ਦੂਜੀਆਂ ਲੈ ਲਓ ਤੁਸੀਂ ਆਹ ਜਿਹੜੀ ਪੱਤਰੀ ਆ ਇਹ ਯੂਪੀ ਚੋਂ ਨਿਕਲਦੀ ਆ, ਇਸ ਦੀਆਂ ਇਹ ਸੂਰਜ ਸਿਧਾਂਤ ਦੇ ਨੇੜੇ ਤੇੜੇ ਆ, ਜਿਹੜਾ ਗੁਰੂ ਮਹਾਰਾਜ ਦੇ ਵੇਲੇ ਪ੍ਰਚਲਿਤ ਸੀ ਜੀ, ਤੇ ਜਿਹਨੂੰ ਪੰਜਾਬ ਨੇ ਹੁਣ ਛੱਡਿਆ ਆ। ਤਾਂ ਜਿਹਨੂੰ ਇਹ ਸਾਰੇ ਕਹਿ ਰਹੇ ਵਿਰੋਧੀ ਕਿ ਬਿਕਰਮੀ ਕੈਲੰਡਰ ਅਸੀਂ ਮੰਨ ਗੁਰੂ ਕਾਲ ਵਾਲਾ ਮੰਨਦੇ ਹਾਂ, ਉਹ ਪਰ ਉਹ ਗੁਰੂ ਕਾਲ ਵਾਲਾ ਤਾਂ ਕੈਲੰਡਰ ਹੈ ਨਹੀਂ, ਉਹ ਤਾਂ ਚੇਂਜ ਹੋਇਆ ਆ। ਤਾਂ ਉਹ ਆਹ ਸੀ ਕੈਲੰਡਰ, ਇਹਦੀਆਂ ਸਗਰਾਂਦਾਂ ਉਸ ਤਰੀਕੇ ਨਾਲ ਆ ਜਿਹੜੀਆਂ ਗੁਰੂ ਕਾਲ ਵੇਲੇ ਸੀ। ਓਕੇ, ਇਹ 3 ਸਗਰਾਂਦਾਂ ਦੂਜੀ ਜੰਤਰੀ ਨਾਲੋਂ ਜਾਂ ਪੰਚਾਗ ਨਾਲੋਂ ਜੁਦੀਆਂ ਆ, ਫੇਰ 24 ਉਹ ਅਤੇ 3 ਇਹ ਪਾ ਲਓ ਜਿਹੜੀਆਂ ਜੁਦੀਆਂ ਕਿੰਨੀਆਂ ਹੋ ਗਈਆਂ, 24 ਤਿੰਨ 27 ਸਗਰਾਂਦਾਂ ਬਿਕਰਮੀ ਦੇ ਇੱਕੋ ਸਾਲ ਦੀਆਂ ਹੋ ਗਈਆਂ। ਅਤੇ ਹੁਣ ਗਾਹ ਸੁਣ ਲਓ, ਆਹ ਇਹ ਪੰਚਾਗ ਪੂਨੇ ਤੋਂ ਨਿਕਲਦੀ ਆ, ਇਹਦੀਆਂ 12 ਦੀਆਂ 12 ਸਗਰਾਂਦਾਂ ਉਹਨਾਂ ਦੋਹਾਂ ਨਾਲੋਂ ਜੁਦੀਆਂ ਆ, ਚੋਂ ਚੋਂ ਪੰਜਾਂ ਪੰਜਾਂ ਦਿਨਾਂ ਦਾ ਫਰਕ ਆ। 27 ਚ 12 ਹੋਰ ਐਡ ਕਰ ਲਈਏ, 39 ਸਗਰਾਂਦਾਂ ਦਾ ਬਿਕਰਮੀ ਕੈਲੰਡਰ ਵਿੱਚ ਆ। ਸੁਣ ਲਓ ਸਾਰੇ ਵਿਰੋਧੀ, ਹਜੇ ਹੋਰ ਨਹੀਂ ਮੈਂ ਜੰਤਰੀਆਂ ਲਿਆਂਦੀਆਂ, ਤੁਸੀਂ ਕਿਹੜੀ ਕਿਹਨੂੰ ਰਾਸ਼ੀ ਪ੍ਰਵੇਸ਼ ਮੰਨਦੇ ਇਹਨਾਂ 39 ਵਿੱਚੋਂ? ਸੋ ਇਹ ਸਮੱਸਿਆ ਬਿਲਕੁਲ ਫਜ਼ੂਲ ਸਵਾਲ ਆ। ਅਸੀਂ ਨਾਨਕਸ਼ਾਹੀ ਕੈਲੰਡਰ ਅਡੋਪਟ ਕੀਤਾ, ਇਹਨਾਂ ਨੇ ਵੀ ਕੀਤਾ, ਬਹੁਤ ਗੁਰੂ ਘਰਾਂ ਨੇ ਕੀਤਾ, ਤੇ 12 ਨਾਨਕਸ਼ਾਹੀ ਕੈਲੰਡਰ ਵਿੱਚ ਸਗਰਾਂਦਾ ਤੇ 13ਵੀਂ ਹੈ ਨਹੀਂ, ਨਾ ਗੁਰੂ ਮਹਾਰਾਜ ਨੇ 12 ਮਾਹ ਹੀ ਫਰਮਾਨ ਕੀਤਾ, 13 ਦਾ ਜ਼ਿਕਰ ਨਹੀਂ ਹੈ ਜੀ, 12 ਮਹੀਨਿਆਂ ਦਾ ਜ਼ਿਕਰ ਹੈ, 13ਵੇਂ ਦਾ ਨਹੀਂ ਹੈ ਨਾ, 13ਵੇਂ ਦਾ, ਕਿਉਂਕਿ 13ਵਾਂ ਮਹੀਨਾ ਵੀ ਇਹਨਾਂ ਦੇ ਕੈਲੰਡਰ ਵਿੱਚ ਚੰਦਰਮਾ ਵਾਲੇ ਵਿੱਚ ਆ ਜਾਂਦਾ। ਪਰ ਇੱਕ ਨੇ ਮੈਨੂੰ ਸਮਝ ਆਈ ਵੀ ਜੇ ਹੁਣ ਇਹ ਕਹਿੰਦੇ ਜੀ ਅਸੀਂ ਬਿਕਰਮੀ ਦੇ ਮੁਤਾਬਕ ਹੀ ਚੱਲਣਾ, ਹਾਂਜੀ, ਤੇ ਉਸ ਸਮੇਂ ਆਹ ਟਾਈਮ ਨਹੀਂ ਸੀ ਹੁੰਦਾ, ਉਸ ਸਮੇਂ ਚੱਲਦੇ ਸੀ ਘੜੀ ਪਲ, ਹਾਂਜੀ, ਉਹ ਛੱਡਤੇ। ਹਾਂਜੀ ਹਾਂਜੀ ਬਿਲਕੁਲ ਬਿਲਕੁਲ, ਇਹ ਤੁਹਾਡੀ ਗੱਲ ਬੜੀ ਪਾਏਦਾਰ ਆ। 22 ਫਰਵਰੀ 1999 ਨੂੰ ਤੀਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਮੀਟਿੰਗ ਹੋਈ ਸੀ, ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ਼ਤਿਹਾਰ ਦਿੱਤਾ ਸੀ ਅਜੀਤ ਵਿੱਚ ਇੱਕ ਦਿਨ ਪਹਿਲਾਂ ਕਿ ਨਾਨਕਸ਼ਾਹੀ ਕੈਲੰਡਰ ਦੇ ਵਿਰੋਧੀ ਆ ਜਾਣ, ਕੱਲ੍ਹ ਨੂੰ 11 ਵਜੇ ਬਾਲ ਸਿੰਘ ਪੁਰੇਵਾਲ ਜਵਾਬ ਦੇਣਗੇ, ਉਹਨਾਂ ਨਾਲ ਮੀਟਿੰਗ ਹੋਣੀ ਹੈ। ਮੈਂ ਉੱਥੇ ਸੀ ਅਤੇ ਉੱਥੇ ਆਹ ਹੀ ਸਵਾਲ ਗੱਲ ਹੋਈ, ਅਤੇ ਜਦੋਂ ਮੀਟਿੰਗ ਸ਼ੁਰੂ ਹੋਈ ਅਤੇ ਇੱਕ ਮਹਾਂਪੁਰਖ ਉੱਠੇ ਅਤੇ ਉਹਨਾਂ ਨੇ ਦੋ ਤੁਕਾਂ ਗੁਰਬਾਣੀ ਦੇ ਵਿੱਚੋਂ ਇੱਕ ਤੋਂ ਪੜ੍ਹ ਕੇ ਸੁਣਾਈ ਜ਼ਬਾਨੀ, ਉਹ ਸੀਗੀ ਕਿ ਆਵਣ 78 ਜਾਨ 97 ਹੋਰ ਵੀ 88 ਮਰਦ ਕਾ ਚੇਲਾ, ਅਤੇ ਇੱਕ ਉਹਨਾਂ ਤੋਂ ਰਹਿਰਾਸ ਦੇ ਵਿੱਚੋਂ ਜਿਹੜੀ ਡੇਰਿਆਂ ਦੇ ਵਿੱਚ ਪੜ੍ਹੀ ਜਾਂਦੀ ਆ, ਸੰਮਤ 1770 ਅਰਧ ਸਹਿਸਪਨ 3 ਕਿਸ ਜੈ ਬਹਾਦਰ ਸੁਦੀ ਅਸ਼ਟਮੀ ਰਵਿਵਾਰ ਤੀਰ ਸਤਦਰਵ ਗ੍ਰੰਥ ਸੁਧਾਰਾ। ਅਤੇ ਉਹਨਾਂ ਨੇ ਕਿਹਾ ਵੀ ਦੇਖੋ ਜੀ ਇਹ ਦੋਨੋਂ ਬਿਕਰਮੀ ਕੈਲੰਡਰ ਬਿਕਰਮੀ ਸੰਮਤ ਦੀਆਂ ਤਰੀਕਾਂ ਕੈਲੰਡਰ ਦੀਆਂ ਤਰੀਕਾਂ, ਅਸੀਂ ਇਹਨੂੰ ਕਿਵੇਂ ਛੱਡ ਸਕਦੇ ਹਾਂ? ਹਾਂਜੀ, ਅਤੇ ਗੁਰਬਾਣੀ 'ਚੋਂ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ, ਦੂਸਰੀ ਚਲੋ 10ਵੇਂ ਗ੍ਰੰਥ 'ਚੋਂ ਹੋਊਗੀ, ਹਾਂਜੀ ਹੈਗੀ ਆ 10ਵੇਂ ਗ੍ਰੰਥ 'ਚ, ਹੈ ਨਹੀਂ ਹੈ। ਅਤੇ ਮੈਂ ਉੱਥੇ ਜਿਹੜਾ ਜਵਾਬ ਦਿੱਤਾ ਸੀ ਉਹ ਤੁਹਾਡੇ ਨਾਲ ਸ਼ੇਅਰ ਕਰ ਲੈਣਾ। ਮੈਂ ਉੱਥੇ ਕਿਹਾ ਸੀ ਕਿ ਸੰਤ ਮਹਾਂਪੁਰਖ ਇਸ ਵੇਲੇ ਬਿਰਾਜਮਾਨ ਆ ਇੱਥੇ, ਤੁਹਾਡੇ 'ਚੋਂ ਕੋਈ ਦੱਸ ਸਕਦਾ ਵੀ ਕਿੰਨੇ ਘੜੀ 'ਤੇ ਕਿੰਨੇ ਪਲ ਦੇਣਗੇ ਆ ਇਸ ਵੇਲੇ 11:30? ਮੈਂ ਕਿਹਾ ਤੁਸੀਂ ਨਹੀਂ ਦੱਸ ਸਕਦੇ, ਘੰਟਿਆਂ ਮਿੰਟਾਂ 'ਚ ਸ਼ਾਇਦ ਦੱਸ ਸਕੋ ਜੇ ਪਤਾ ਹੋਵੇ ਵੀ ਸੂਰਜ ਕਦੋਂ ਚੜਿਆ, ਅਤੇ ਘੰਟਿਆਂ ਮਿੰਟਾਂ ਵਿੱਚ ਉਹ ਵੀ। ਤਾਂ ਮੈਂ ਗੁਰਬਾਣੀ ਦੇ ਵਿੱਚੋਂ ਉਹਨਾਂ ਦੋ ਤੁਕਾਂ ਸੀ ਕੋਟ ਕੀਤੀਆਂ ਅਤੇ ਮੈਂ 10 ਉਹਨਾਂ ਨੂੰ ਕੋਟ ਕੇ ਕਰਕੇ ਸੁਣਾਤੀਆਂ। ਓਕੇ, 3.5 ਦੇਰੀ ਚੱਲੇ ਪਾਣੀ ਹਨ, ਤੇ 12 ਜੋਜਨ ਛਤਰ ਚੱਲੇ ਥਾ ਦੇਹੀ ਗਰਜਨ ਖਾਈ। ਹਾਂ, ਉਦੋਂ ਮਨਾ ਦਾ ਰਿਕਾਰਡਿੰਗ ਹੁੰਦਾ ਸੀ, ਕਿਲੋਗ੍ਰਾਮ ਨਹੀਂ ਸੀ, ਉੱਡੇ ਉਡਾਵੇ ਸਹਿ ਕੋਸਾਂ ਤੇ ਪਾਛੇ ਬਜਰੇ ਉਹ ਚੱਲਦੇ ਆ, ਕਿਲੋਮੀਟਰ ਆ ਗਏ, ਫਿਰ ਕਿਲੋਮੀਟਰ ਮੀਲਾਂ ਤੇ ਆਏ ਛੱਡ ਗਏ। ਸੋ ਮੈਂ
ਬਾਣੀ ਚੋਂ 10 ਤੁਕਾਂ ਜਿਹੜੀਆਂ ਕੋਟ ਕਰ ਦਿੱਤੀਆਂ ਜ਼ਬਾਨੀ, ਅਤੇ ਫਿਰ ਮੈਂ ਜਿਹੜਾ ਉਹਨਾਂ 'ਤੇ ਸਵਾਲ ਪਾਇਆ ਜਿਹੜਾ ਉਹਨਾਂ ਨੇ ਮੈਨੂੰ ਸਵਾਲ ਪਾਇਆ ਸੀ, ਕਾਊਂਟਰ ਸਵਾਲ ਪਾਇਆ, ਬਿਲਕੁਲ ਇਹ ਜੋ ਕੁਛ ਮੈਂ ਸੁਣਾਉਣਾ ਵਿਦ ਇਨ ਕੌਮਾਜ਼ ਆ ਕੋਟ ਆ, ਅਤੇ ਮੈਂ ਕਿਹਾ ਸੰਤ ਮਹਾਂਪੁਰਖ 1956 ਦੇ ਵਿੱਚ ਜਦੋਂ ਅਨਾਊਂਸ ਕੀਤਾ ਗੌਰਮੈਂਟ ਨੇ 57 ਤੋਂ ਲਾਗੂ ਹੋਈਆਂ ਨਵੀਆਂ ਯੂਨਿਟਾਂ, ਅਤੇ ਉਸ ਵੇਲੇ ਕਿੱਥੇ ਸੀ ਤੁਸੀਂ ਗੌਰਮੈਂਟ ਨੂੰ? ਕਿਉਂ ਨਾ ਕਿਹਾ ਵੀ ਅਸੀਂ ਨਹੀਂ ਕਿਲੋਮੀਟਰ ਮੰਨਣੇ, ਸਾਡੇ ਗੁਰਬਾਣੀ ਵਿੱਚ ਤਾਂ ਕੋਸ ਆ, ਅਤੇ ਬਾਕੀ ਵੀ ਆ ਤੁਹਾਡੇ ਵਾਲੀ ਗੱਲ ਸਾਰੀ ਮੈਂ ਉਹਨਾਂ ਨੂੰ ਦੱਸੀ, ਘੜੀ ਪਲ ਅਤੇ ਮੂਰਤ ਵਗੈਰਾ ਸਭ ਕਾਸੇ ਨੂੰ ਛੱਡ ਚੁੱਕੇ ਹੈ, ਅਤੇ ਸੋ ਉਸ ਤੋਂ ਮਗਰੋਂ ਕਿਸੇ ਨੇ ਮੈਨੂੰ ਕਾਊਂਟਰ ਨਹੀਂ ਕੀਤਾ। ਨਹੀਂ ਹੁਣ ਜਿਹੜੀ ਗੱਲਾਂ ਕਰਦੇ ਆ, ਮੰਨ ਲਓ ਜਦੋਂ ਤੁਸੀਂ ਇੰਨੀ ਗੱਲ ਪੁੱਛੋ ਵੀ ਹੁਣੇ ਹੀ ਖੜੇ ਖੜੇ ਦੱਸੋ ਵੀ ਕਿੰਨੇ ਪਲ ਅਤੇ ਕਿੰਨੇ ਘੜੀਆਂ ਦਿਨ ਗਿਆ, ਨਹੀਂ ਜਵਾਬ ਹੈ ਉਹਨਾਂ ਕੋਲ? ਨਾ ਜੀ ਨਾ, ਤੁਸੀਂ ਇਹ ਦੱਸੋ ਵੀ ਇੱਕ ਆਪਣੇ ਇੱਥੇ, ਜੇ ਮੈਂ ਤੁਹਾਨੂੰ ਪੁੱਛਾਂ ਹਾਂਜੀ ਵੀ ਹੁਣ ਇਸ ਵਕਤ ਤੁਹਾਡੀ ਘੜੀ ਦੇ ਮੁਤਾਬਕ 3:25 ਹੋਏ ਨੇ, ਹਾਂਜੀ, ਤੇ ਕਿੰਨੀਆਂ ਘੜੀਆਂ ਤੇ ਕਿੰਨੇ ਪਲ ਦਿਨ ਗਿਆ, ਤੁਸੀਂ ਜਵਾਬ ਦੇ ਪਾਓਗੇ? ਮੈਂ ਤਾਂ ਕੈਲਕੂਲੇਟ ਕਰਕੇ ਦੱਸ ਸਕਦਾ, ਕਿਉਂਕਿ ਜੇ ਮੈਨੂੰ ਪਤਾ ਹੈ ਵੀ ਸਵੇਰ ਨੂੰ ਅੱਜ ਕਿੰਨੇ ਵਜੇ ਸੂਰਜ ਚੜਿਆ ਆ, 6 ਘੰਟੇ ਜੇ 7 ਘੰਟੇ ਹੁਣ ਹੋ ਗਏ ਆ, ਤਕਰੀਬਨ ਜਦ 8 ਘੰਟੇ ਹੋਏ ਤੇ 8 ਆਇਆ, 20 ਘੜੀਆਂ ਹੋ ਗਈਆਂ, ਤੇ ਮੈਂ ਪਲ ਵੀ ਕੱਢ ਸਕਦਾ ਹਾਂ ਕਿਉਂਕਿ 1 ਘੰਟੇ ਵਿੱਚ 2:25 ਘੜੀਆਂ ਹੁੰਦੀਆਂ, 24 ਮਿੰਟਾਂ ਦੀ ਘੜੀ ਹੁੰਦੀ ਆ, ਇਸ ਵਾਸਤੇ ਮੈਨੂੰ 2 ਮਿੰਟ ਲੱਗਣਗੇ, ਪਰ ਮੈਂ ਤੁਹਾਨੂੰ ਪਲਾਂ ਤਾਂ ਸਹੀ ਕਰ ਐਨ ਸਹੀ ਕਰਕੇ ਦੱਸ ਸਕਦਾ ਹਾਂ। ਸੋ ਇਹ ਉੱਥੇ ਗੱਲਬਾਤ ਹੋਈ, ਤੇ ਆਪਣੇ ਬਾਬਾ ਬੇਦੀ ਜੀ ਵੀ ਉੱਥੇ ਹਾਜ਼ਰ ਸਨ, ਸਰਬਜੋਤ ਸਿੰਘ, ਹਾਂਜੀ, ਉਹਨਾਂ ਨੇ ਕਿਹਾ ਕਿ ਪੁਰੇਵਾਲ ਨੇ ਬੜਾ ਵੱਡਾ ਕੰਮ ਕੀਤਾ, ਇਹਨਾਂ ਨੂੰ ਹੋਲੇ ਮਹੱਲੇ ਤੇ ਸਨਮਾਨਿਤ ਕਰਨਾ ਚਾਹੀਦਾ, ਉਹ 300 ਸਾਲਾਂ ਦੇ। ਸੋ ਜਿਹੜਾ ਹਾਂਜੀ ਬੜਾ ਫਿਰ ਇਹ ਅਖਬਾਰ ਵਿੱਚ ਛਪਿਆ ਦੂਸਰੇ ਦਿਨ ਜੋ ਕੁਛ ਮੈਂ ਤੁਹਾਨੂੰ ਕਿਹਾ। ਨਹੀਂ ਜਦੋਂ ਇਹ ਕਹਿੰਦੇ ਹੋਲੇ ਮਹੱਲੇ ਤੇ ਸਨਮਾਨਿਤ ਕਰਨਾ ਚਾਹੀਦਾ, ਫਿਰ ਕਿੰਨਾ ਕੁ ਹੰਗਾਰਾ ਆਇਆ ਉੱਥੇ? ਹੰਗਾਰਾ ਬੀਬੀ ਜਗੀਰ ਕੌਰ ਨੂੰ ਮੈਂ ਬਾਅਦ ਦੇ ਵਿੱਚ ਗਿਆ, ਕਿਉਂਕਿ ਮੈਂ ਇੱਧਰ ਤੁਹਾਨੂੰ ਦੱਸਿਆ ਸੀਗਾ ਕਿ ਨਗਰ ਕੀਰਤਨ ਦੇ ਵਿੱਚ ਮੈਂ ਇੱਥੇ ਚੇਅਰਮੈਨ ਸੀਗਾ, ਅਤੇ ਮੈਂ ਫਿਰ ਜਾ ਨਹੀਂ ਸਕਿਆ ਹੋਲੇ ਮਹੱਲੇ 'ਤੇ, ਪਰ ਮੇਰੇ ਲਈ ਜਿਹੜਾ ਸਨਮਾਨ ਸੀ ਉਹ ਬੀਬੀ ਜਗੀਰ ਕੌਰ ਪਿਆ ਸੀ, ਕੌਰ ਕੋਲ, ਉਹਨਾਂ ਕੋਲ ਪਿਆ ਸੀ, ਉਹਨਾਂ ਨੇ ਮੈਨੂੰ ਦੱਸਿਆ ਬਾਅਦ ਦੇ ਵਿੱਚ ਜਦੋਂ ਕਿਤੇ ਮੈਂ ਮਿਲਿਆ। ਹਾਂਜੀ, ਸੋ ਬਾਬਾ ਸਰਬਜੋਤ ਸਿੰਘ ਹੁਣਾਂ ਨੂੰ ਮੈਂ ਬਾਅਦ ਵਿੱਚ ਵੀ ਇੱਕ ਮੀਟਿੰਗ 'ਤੇ ਅੱਜ ਦੀ ਆਵਾਜ਼ ਦੇ ਵਿੱਚ ਵੀ ਮਿਲਿਆ ਸੀਗਾ, ਅਤੇ ਉਹਨਾਂ ਨਾਲ ਵੀ ਗੱਲਬਾਤ ਹੋਈ ਸੀਗੀ। ਪਰ ਉਸ ਮੀਟਿੰਗ ਦਾ ਨਿਚੋੜ ਕੀ ਨਿਕਲਿਆ ਜਿਹੜੀ ਤੁਸੀਂ ਦੱਸਦੇ ਹੋ ਵੀ ਉੱਥੇ ਉਹਨਾਂ ਨੇ ਕਿਹਾ ਵੀ ਵਿਰੋਧੀ ਵੀ ਆ ਜਾਣ ਅਤੇ ਇਧਰੋਂ ਪਾਲ ਸਿੰਘ ਪੂਰੇ ਵੱਲ ਜਵਾਬ ਦੇਣਗੇ, ਰਿਜ਼ਲਟ ਕਿੰਨੀ ਦੇਰ ਮੀਟਿੰਗ ਚੱਲੀ? ਰਿਜ਼ਲਟ ਇਹ ਹੀ, ਮੀਟਿੰਗ ਤਾਂ ਘੰਟਾ ਚੱਲੀ ਹੋਊਗੀ, ਰਿਜ਼ਲਟ ਇਹੀ ਨਿਕਲਿਆ ਵੀ ਉਹਨਾਂ ਨੇ ਕਿਹਾ ਵੀ ਹਜੇ ਇਸ ਕੈਲੰਡਰ 'ਤੇ ਥੋੜ੍ਹਾ ਚਿਰ ਰੋਕ ਲਾ ਦਿਓ, ਅਤੇ ਮੁੜ ਕੇ ਹੋਲੇ ਮਹੱਲੇ ਤੋਂ ਬਾਅਦ ਇਹ 'ਤੇ ਫਿਰ ਵਿਚਾਰ ਕਰਾਂਗੇ। ਪਰ ਜਿਵੇਂ ਉਹਨਾਂ ਨੇ ਕਿਹਾ ਸੀ ਕਿ ਬਿਕਰਮੀ ਦੇ ਮੁਤਾਬਕ ਗੁਰਬਾਣੀ ਦੇ ਵਿੱਚ ਆਇਆ ਜੀ, ਉਹਦਾ ਤੁਸੀਂ ਫਿਰ ਕੀ ਜਵਾਬ ਦਿੰਦੇ ਹੋ? ਉਹਦਾ ਤਾਂ ਮੈਂ ਜਵਾਬ ਦੇ ਦਿੱਤਾ ਕਿ ਗੁਰੂ ਮਹਾਰਾਜ ਨੇ ਜਿਹੜੀਆਂ ਚੀਜ਼ਾਂ ਉਸ ਵੇਲੇ ਪ੍ਰਚਲਿਤ ਸਨ, ਘੜੀ, ਢੋਲੇ, ਮਾਸੇ, ਉਹਨਾਂ ਸਾਰੀਆਂ ਨੂੰ ਗੁਰਬਾਣੀ ਦੇ ਵਿੱਚ ਵਰਤ ਲਿਆ, ਜੇ ਫਰਜ਼ ਕਰੋ ਉਹ ਪ੍ਰਚਲਿਤ ਨਾ ਹੁੰਦੀਆਂ ਉਸ ਜ਼ਮਾਨੇ ਦੇ ਵਿੱਚ, ਅੰਗਰੇਜ਼ਾਂ ਦਾ ਰਾਜ ਹੁੰਦਾ, ਉਹਨਾਂ ਦੇ ਘੰਟਾ ਮਿੰਟ ਹੀ ਹੁੰਦੇ, ਘੜੀ ਪਲ ਹੁੰਦੀ ਹੀ ਨਾ, ਤਾਂ ਫਿਰ ਗੁਰੂ ਮਹਾਰਾਜ ਨੇ ਉਹਨਾਂ 'ਚ ਜੋ ਕੁਛ ਉਸ ਵੇਲੇ ਜਿਹੜਾ ਆਪਣਾ ਸਮਾਜ ਆ, ਸਮਾਜ ਦੇ ਵਿੱਚ ਜਿਹੜੀਆਂ ਚੀਜ਼ਾਂ ਪ੍ਰਚਲਿਤ ਸੀ ਉਹਨਾਂ ਨੂੰ ਵਰਤਿਆ ਗੁਰੂ ਮਹਾਰਾਜ ਨੇ, ਆਪਣੇ ਜਿਹੜੇ ਉਹਨਾਂ ਦੇ ਹੁਕਮਨਾਮੇ ਆ ਉਹਨਾਂ ਦੇ ਵਿੱਚ ਤਰੀਕਾਂ ਜਿਹੜੀਆਂ ਉਹ ਬਿਕਰਮੀ ਕੈਲੰਡਰ ਦੀਆਂ ਹੀ ਦਿੱਤੀਆਂ ਨਾ, ਸੁਦੀ ਵਧੀ ਦੇ ਹਿਸਾਬ ਨਾਲ ਵੀ ਹੈ ਅਤੇ ਸਗਰਾਂਡਾਂ ਦੇ ਹਿਸਾਬ ਨਾਲ ਵੀ ਹੈਗੀਆਂ ਤਰੀਕਾਂ ਹੁਕਮਨਾਮਿਆਂ ਦੇ ਵਿੱਚ। ਅਤੇ ਹੁਣ ਜਿਹੜਾ ਤੁਸੀਂ ਕੈਲੰਡਰ ਤਿਆਰ ਕੀਤਾ ਆ, ਹਾਂਜੀ, ਤੁਸੀਂ ਵੀ ਉਹੀ ਚੀਜ਼ ਰੱਖੀ ਹੈ, ਦੇਸੀ ਮਹੀਨੇ ਰੱਖੇ ਆ ਸਾਰੇ? ਅਸੀਂ ਮਹੀਨੇ ਤਾਂ ਉਹ ਰੱਖਣੇ ਸੀ ਕਿਉਂਕਿ ਗੁਰਬਾਣੀ 'ਚੋਂ ਮਹੀਨੇ ਆ, ਜਦੋਂ ਅਸੀਂ ਕਹਿੰਦੇ ਕਿ ਸਾਡੇ ਕੈਲੰਡਰ ਦੀ ਜਿਹੜੀ ਬਣਤਰ ਆ ਉਹਦਾ ਬੇਸ ਗੁਰਬਾਣੀ ਦੀ ਤੌਕ ਰਾਤ ਫਿਰ ਅਛਾਇਆ ਤਨ ਤੱਕ ਦੀਨ ਲਵੇ ਮਨ ਬਾਰੇ, ਫਿਰ ਸਾਡੇ 12 ਮਹੀਨੇ ਵੀ ਚੇਤ ਤੋਂ ਲੈ ਕੇ ਫੱਗਣ ਤਾਈਂ ਹੋਣੇ ਸੀਗੇ, ਅਤੇ ਸਾਡਾ ਸਾਲ ਵੀ ਚੇਤ ਨਾਲ ਆਰੰਭ ਹੋਣਾ ਸੀ, ਨਾ ਕਿ ਗਭਲੇ ਕਿਸੇ ਹੋਰ ਮਹੀਨੇ ਨਾਲ, ਕਿਉਂਕਿ ਅਸੀਂ ਫੋਲੋ ਗੁਰਬਾਣੀ ਨੂੰ ਕਰ ਰਹੇ ਹਾਂ ਜੀ, ਅਤੇ ਗੁਰਬਾਣੀ ਦੇ ਵਿੱਚ ਜਿਹੜੇ ਰੁੱਤੀ ਸਲੋਕਾਂ ਦੇ ਵਿੱਚ ਬਿਲਕੁਲ ਹੀ ਸਪਸ਼ਟ ਆ ਕਿ ਚੇਤ ਅਤੇ ਵਿਸਾਖ ਜਿਹੜਾ ਆ ਉਹ ਬਸੰਤ ਰੁੱਤ ਆ, ਅਤੇ ਜੇਠ ਹਾੜ੍ਹ ਗਰੀਕਮ ਰੁੱਤ ਆ, ਇਸ ਤਰ੍ਹਾਂ ਚੱਲਦੀ ਹੈ, ਅਤੇ ਰੁੱਤਾਂ ਕੇਵਲ ਅਤੇ ਕੇਵਲ ਸੂਰਜ ਅਤੇ ਧਰਤੀ ਦੇ ਆਪਸ ਵਿੱਚ ਹੀ ਸੰਬੰਧ ਨਾਲ ਬਣਦੀਆਂ, ਰੁੱਤਾਂ ਦੇ ਵਿੱਚ ਚੰਦਰਮਾ ਦਾ ਕੋਈ ਤੁਲਕ ਨਹੀਂ, ਇਸ ਵਾਸਤੇ ਜਿਹੜੇ ਰੁੱਤੀ ਸਲੋਕ ਦੇ ਵਿੱਚ ਜਿਹੜੀ ਸਾਰੀ ਬਾਣੀ ਆ ਉਹ ਟੋਟਲੀ ਜਿਹੜੀ ਆ ਉਹ ਰੁੱਤਾਂ ਦੇ ਬਰਾਬਰ ਆ, ਉਹਦੇ ਵਿੱਚ ਚੰਦਰਮਾ ਵਾਲੀ ਕੋਈ ਗੱਲ ਹੀ ਨਹੀਂ, ਸੁਣੀ ਵਧੀਆ ਵਾਲੀ। ਅਤੇ ਉਸ ਮੀਟਿੰਗ ਦਾ ਕੋਈ ਨਿਚੋੜ ਨਹੀਂ ਨਿਕਲਿਆ? ਨਹੀਂ, ਇਹ ਸੀ ਵੀ ਉਹ ਤਾਂ ਕੈਲੰਡਰ 'ਤੇ ਹਜੇ ਥੋੜ੍ਹਾ ਚਿਰ ਮਤਲਬ ਉਸਨੂੰ ਰੋਕ ਛੱਡੋ, ਬਾਅਦ ਦੇ ਵਿੱਚ ਹੋਲਾ ਮਹੱਲਾ ਦੇ ਉੱਥੋਂ ਬਾਅਦ ਅਤੇ 300 ਸਾਲਾਂ ਤੋਂ ਬਾਅਦ ਜਿਹੜਾ ਸੀ ਉਹ ਇਹ 'ਤੇ ਫਿਰ ਵਿਚਾਰ ਹੋਊਗੀ।
ਸੋ ਇਦਾਂ ਹੋਈ ਸੀ ਗੱਲ। ਜਿਵੇਂ ਤੁਸੀਂ ਦੱਸਿਆ ਵੀ ਤੁਸੀਂ ਬੀਬੀ ਜਗੀਰ ਕੌਰ ਨੂੰ ਵੀ ਮਿਲੇ, ਹਾਂਜੀ, ਤੁਸੀਂ ਬਾਬਾ ਸਰਬਜੋਤ ਸਿੰਘ ਬੇਦੀ ਨੂੰ ਵੀ ਮਿਲੇ, ਹਾਂਜੀ, ਤੁਸੀਂ ਮੈਨੂੰ ਪਤਾ ਲੱਗਾ ਵੀ ਵਿਦਵਾਨਾਂ ਨੂੰ ਵੀ ਮਿਲੇ ਹੋ, ਜਿਵੇਂ ਪ੍ਰਿੰਸੀਪਲ ਸਤਬੀਰ ਸਿੰਘ ਜੀ ਸਾਰਿਆਂ ਨੂੰ ਮਿਲੇ, ਹਾਂਜੀ, ਪਰ ਕੋਈ ਹਿੱਕ ਠੋਕ ਕੇ ਤੁਹਾਡੇ ਹੱਕ ਦੇ ਵਿੱਚ ਤਾਂ ਆਇਆ ਨਹੀਂ। ਉਹਨਾਂ ਨੂੰ ਕੈਲੰਡਰ ਦੀ ਸਮਝ ਨਹੀਂ ਪਈ ਜਾਂ ਉਹ ਸੋਚਦੇ ਵੀ ਕ੍ਰੈਡਿਟ ਸਾਰਾ ਪਾਲ ਸਿੰਘ ਪੁਰੇ ਵੱਲ ਲੈ ਜਾਏਗਾ, ਕਾਰਨ ਕੀ ਬਣਿਆ? ਨਹੀਂ ਨਹੀਂ, ਵਿਦਵਾਨ ਤਾਂ ਬਹੁਤ ਹੱਕ ਵਿੱਚ ਆ, ਵਿਦਵਾਨਾਂ ਦੇ ਨਾਲ 40-40 ਵਿਦਵਾਨਾਂ ਦੇ ਨਾਲ ਉੱਥੇ ਮੀਟਿੰਗਾਂ ਚੰਡੀਗੜ੍ਹ ਹੋਈਆਂ, ਮੇਰਾ ਖਿਆਲ 25-30 ਤਾਂ ਜ਼ਰੂਰ ਹੋਣਗੇ। ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਚੰਡੀਗੜ੍ਹ ਆਪਣੇ, ਉੱਥੇ ਇੱਕ ਮੀਟਿੰਗ ਸੀ ਵੱਡੀ, ਉਹਦੇ ਵਿੱਚ ਮੈਂ 34 ਸੋਰਸਿਸ ਵਿੱਚੋਂ ਜਿਹੜਾ ਡਾਟਾ ਇਕੱਠਾ ਕੀਤਾ ਸੀ ਪ੍ਰੈਜੈਂਟ ਕੀਤਾ ਸਾਰੇ ਵਿਦਵਾਨਾਂ ਦੇ ਕੋਲ, ਅਤੇ ਉੱਥੇ ਮੇਰਾ ਖਿਆਲ SGPC ਦਾ ਵੀ ਸ਼ਾਇਦ ਕੋਈ ਮੈਂਬਰ ਹੋਣ, ਬਾਹਲੀਆਂ ਮੀਟਿੰਗਾਂ ਵਿੱਚ ਆਉਂਦੇ ਰਹੇ ਨੇ ਉਹ। ਅਤੇ ਉੱਥੇ ਇੱਕ ਵਿਦਵਾਨ ਨੇ ਕਿਹਾ ਸੀ ਕਿ ਪਾਲ ਸਿੰਘ ਪੁਰੇਵਾਲ ਦਾ ਜਿਹੜਾ ਕੰਮ ਆ ਉਹ ਇੱਕ ਯੂਨੀਵਰਸਿਟੀ ਦੇ ਡਿਪਾਰਟਮੈਂਟ ਦਾ ਆ ਜਿਹੜਾ ਕਲਿਆ ਨੇ ਕੀਤਾ। ਸੋ ਵਿਦਵਾਨ ਤਾਂ ਠੋਕ ਕੇ ਕੈਲੰਡਰ ਦੇ ਹੱਕ ਵਿੱਚ ਸੀਗੇ ਅਤੇ ਹੁਣ ਵੀ ਹੈਗੇ ਆ, ਜਾਣੀ ਮੈਂ ਇਹ ਕਹਿ ਸਕਦਾ ਵੀ 90% ਤੋਂ ਉੱਪਰ ਵਿਦਵਾਨ ਜਿਹੜੇ ਉਹ ਨਾਨਕ ਸ਼ਾਹੀ ਕੈਲੰਡਰ ਦੇ ਸਪੋਰਟ ਵਿੱਚ ਆ। ਪਰ ਜਿਨ੍ਹਾਂ ਨੇ ਹਿਸਟਰੀ ਨੂੰ ਲਿਖਿਆ, ਹਾਂਜੀ, ਔਰ ਪੁਰਾਣੀਆਂ ਡੇਟਾਂ ਮੈਂਸ਼ਨ ਕੀਤੀਆਂ, ਉਹ ਤਾਂ ਤੁਹਾਡੇ ਹੱਕ 'ਚ ਨਹੀਂ ਆਏ? ਨਹੀਂ ਨਹੀਂ, ਪੁਰਾਣੀਆਂ ਡੇਟਾਂ ਨਾਲ ਤਾਂ ਸਾਡਾ ਕੋਈ ਕੌਨਫਲਿਕਟ ਹੀ ਨਹੀਂ। ਕਿਉਂ ਨਹੀਂ ਹੈ? ਇੱਕ ਮੰਨ ਲਓ ਕਿ ਜਿਹੜੀਆਂ ਨਾਨਕ ਸ਼ਾਹੀ ਕੈਲੰਡਰ ਦੇ ਵਿੱਚ ਡੇਟ ਨੇ ਜਿਹੜੀਆਂ ਤੁਸੀਂ ਦਿੱਤੀਆਂ ਨੇ, ਉਹ ਪ੍ਰਿੰਸੀਪਲ ਸਤਬੀਰ ਸਿੰਘ ਨਾਲ ਮੇਲ ਨਹੀਂ ਖਾਂਦੀਆਂ, ਪ੍ਰੋਫੈਸਰ ਸਾਹਿਬ ਸਿੰਘ ਨਾਲ ਮੇਲ ਨਹੀਂ ਖਾਂਦੀਆਂ, ਫਰਕ ਨਿਕਲਦਾ ਪਿਆ। ਇੱਥੋਂ ਤੱਕ ਕਰਮ ਸਿੰਘ ਹਿਸਟੋਰੀਅਨ ਨਾਲ ਵੀ ਮੇਲ ਨਹੀਂ ਖਾਂਦੀਆਂ। ਦੇਖੋ, ਕਰਮ ਸਿੰਘ ਹਿਸਟੋਰੀਅਨ ਨਾਲ 2-4 ਡੇਟਾਂ ਨਹੀਂ ਮੇਲ ਖਾਂਦੀਆਂ, ਉਹਨਾਂ ਦੀਆਂ ਕੈਲਕੂਲੇਸ਼ਨ ਵਿੱਚ ਗਲਤੀ ਆ, ਉਹ ਮੈਂ ਸਭ ਲੱਭਿਆ ਹੈ ਵੀ ਕੀ ਗਲਤੀ ਆ। ਹੁਣ ਆਪਾਂ ਗੁਰੂ ਅੰਗਦ ਸਾਹਿਬ ਦਾ ਗੁਰਿਆਈ ਦਿਵਸ ਲੈ ਲਈਏ, ਉਹ ਕਵੀ ਸੰਤੋਖ ਸਿੰਘ ਨੂੰ ਕੋਟ ਕਰਦੇ ਆ ਸਰਦਾਰ ਕਰਮ ਸਿੰਘ ਹਿਸਟੋਰੀਅਨ, ਕਿ ਗੁਰੂ ਮਹਾਰਾਜ 12 ਸਾਲ ਅਤੇ 6 ਮਹੀਨੇ ਅਤੇ 9 ਦਿਨ ਗੁਰਗੱਦੀ 'ਤੇ ਬਿਰਾਜਮਾਨ ਲਏ। 12 ਸਾਲ 6 ਮਹੀਨੇ ਅਤੇ 9 ਦਿਨ ਉਹਨਾਂ ਨੇ ਗੁਰੂ ਮਹਾਰਾਜ ਦੇ ਜੋਤੀ ਜੋਤ ਸਮਾਉਣ ਤੋਂ ਗੁਰਿਆਈ ਦਿਵਸ ਕੱਢਣ ਵਾਸਤੇ ਉਹਨਾਂ ਦੇ ਜੋਤੀ ਜੋਤ ਸਮਾਉਣ ਵਾਲੀ ਡੇਟ ਵਿੱਚੋਂ 12 ਸਾਲ ਅਤੇ 6 ਮਹੀਨੇ ਅਤੇ 9 ਦਿਨ ਕੱਢਣੇ ਸੀ, ਫਿਰ ਡੇਟ ਆ ਜਾਂਦੀ ਗੁਰਿਆਈ ਦੀ ਆਟੋਮੈਟਿਕਲੀ, ਜੇ ਉਹ ਗੱਦੀ 'ਤੇ ਇੰਨਾ ਟਾਈਮ ਬਿਰਾਜਮਾਨ ਰਹੇ। ਇਹ ਕੱਢਣ ਦੇ ਥਾਂ ਉਹਨਾਂ ਤੋਂ ਮਹੀਨੇ ਦੇ ਦਿਨ ਉਲਟ ਹੋ ਗਿਆ, 12 ਸਾਲ 9 ਮਹੀਨੇ 6 ਦਿਨ ਕੱਢਣ ਦੇ ਥਾਂ 6 ਮਹੀਨੇ 9 ਦਿਨ ਕੱਢਣ ਦੇ ਥਾਂ 9 ਮਹੀਨੇ 6 ਦਿਨ ਕੱਢ ਦਿੱਤੇ। ਤਾਂ ਗੁਰਗੱਦੀ ਜਿਹੜੀ 3 ਮਹੀਨੇ ਪਹਿਲਾਂ ਚੜ੍ਹ ਗਈ ਗੁਰੂ ਨਾਨਕ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਤੋਂ, 3 ਮਹੀਨਿਆਂ ਦੀ ਜਿਹੜੀ ਸਬ ਟਰੈਕਸ਼ਨ ਦੀ ਐਰਰ ਸੀ, ਇੱਦਾਂ ਦੀ ਇਹ ਐਰਰ ਮੈਂ 85 ਸਾਲ ਬਾਅਦ ਉਹਨਾਂ ਦੀ ਕਿਤਾਬ ਦੇ ਛਪਣ ਤੋਂ ਬਾਅਦ 80 ਸਾਲ ਬਾਅਦ ਲੱਭੀ ਹੈ। ਮੈਂ ਸਾਰੀ ਕਿਤਾਬ ਉਹਨਾਂ ਦੀ ਇਕੱਲੀ ਇਕੱਲੀ ਮੁੜ ਕੇ ਕੈਲਕੂਲੇਸ਼ਨ ਕੀਤੀ ਹੈ। ਉਹਨਾਂ ਨੇ ਸਰਦਾਰ ਕਰਨ ਸਿੰਘ ਹਿਸਟੋਰੀਅਨ ਨੇ ਆਹ ਪੁਸਤਕ ਵਰਤੀ, ਇੰਡੀਅਨ ਕੈਲੰਡਰ, ਜਿਸ ਦੇ ਵਿੱਚ ਤਰੀਕੇ ਦੱਸੇ ਆ ਕਿ ਸੁਦੀ ਵਧੀ ਤੋਂ ਜਾਂ ਪ੍ਰਵੈਸਟਿਆਂ ਤੋਂ ਅੰਗਰੇਜ਼ੀ ਤਰੀਕ ਕਿਵੇਂ ਬਣਾਉਣੀ ਆ। ਸੋ ਸਰਦਾਰ ਕਰਮ ਸਿੰਘ ਹਿਸਟੋਰੀਅਨ ਨੇ ਇਹ ਪਾਇਨੀਅਰ ਕੰਮ ਕੀਤਾ ਸੀਗਾ ਪਹਿਲਾਂ ਸਾਰਾ, ਸਭ ਤੋਂ ਪਹਿਲਾਂ ਜੀ ਕੈਲੰਡਰ ਤੇ ਜਿਹਨਾਂ ਨੇ ਕੈਲਕੂਲੇਸ਼ਨ ਇਸ ਕਿਤਾਬ ਦੀ ਸਹਾਇਤਾ ਨਾਲ ਕੀਤੀ। ਇਹ ਕਿਤਾਬ ਕਦੋਂ ਦੀ ਛਪੀ ਹੋਈ ਹੈ? ਇਹ 1896-97 ਦੇ ਨੇੜੇ ਤੇੜੇ ਦੀ ਹੈ ਕਿਤਾਬ, ਹਾਂਜੀ। ਅਤੇ ਇਹ ਕਰਮ ਸਿੰਘ ਹਿਸਟੋਰੀਅਨ ਉਹਨਾਂ ਦੀ ਜਿਹੜੀ ਹੈ ਗੁਰਪੁਰਬ ਨੇ ਉਹ 1912 ਦੀ ਆ ਜੀ। ਅਤੇ ਉਹਨਾਂ ਤੋਂ ਜਿਹੜੀਆਂ ਗਲਤੀਆਂ ਹੋਈਆਂ ਮੈਂ ਉਹਨਾਂ ਦੀ ਰਿਸਪੈਕਟ ਕਰਦਾ, ਸਰਦਾਰ ਕਰਮ ਸਿੰਘ ਹਿਸਟੋਰੀਅਨ ਅਤੇ ਡਾਕਟਰ ਗੰਡਾ ਸਿੰਘ ਦੀ, ਬੜੇ ਵੱਡੇ ਸਾਡੇ ਸਕਾਲਰ ਹੋਏ ਨੇ। ਮੈਂ ਆਪਣੀਆਂ 2 ਜਿਹੜੀਆਂ ਕਿਤਾਬਾਂ ਲਿਖੀਆਂ ਉਹਨਾਂ 'ਚੋਂ ਇੱਕ ਡਾਕਟਰ ਗੰਡਾ ਸਿੰਘ ਉਹਨਾਂ ਨੂੰ ਸਮਰਪਿਤ ਕੀਤੀ ਹੈ। ਜਿਹੜਾ ਮੇਰਾ ਹਿਜਰੀ ਕੈਲੰਡਰ ਆ 1500 ਸਾਲ ਦਾ, ਉਹ ਡਾਕਟਰ ਗੰਡਾ ਸਿੰਘ ਸਰਦਾਰ ਕਰਮ ਸਿੰਘ ਹਿਸਟੋਰੀਅਨ ਨੂੰ ਸਮਰਪਿਤ ਕੀਤੀ ਹੈ। ਜੇ ਉਹਨਾਂ ਦੀਆਂ ਐਰਰਸ ਹੋਈਆਂ ਉਹ ਕਿਸੇ ਤੋਂ ਵੀ ਹੋ ਸਕਦੀਆਂ, ਉਹ ਦੋਨੋਂ ਕੈਲੰਡਰ ਐਕਸਪਰਟ ਨਹੀਂ ਸੀ, ਉਹ ਫਿਰ ਪਾਲ ਸਿੰਘ ਪੁਰੇਵਾਲ ਸਿੰਘ ਕੋਲ ਹੋ ਸਕਦੀ ਹੈ। ਉਹ ਰੀਜ਼ਨ ਇਹ ਆ ਵੀ ਮੈਂ ਕੈਲੰਡਰਾਂ 'ਤੇ 60 ਸਾਲ ਲਾਏ ਆ, ਉਹ ਕੈਲੰਡਰ ਐਕਸਪਰਟ ਨਹੀਂ ਸੀਗੇ। ਅਤੇ ਉਹਨਾਂ ਦੀ ਮੈਂ ਗੱਲ ਦਿਖਾ ਦਿੰਦਾ ਵੀ ਕੀ ਗਲਤੀਆਂ ਹੋਈਆਂ ਆ। ਜਸਟ ਫੋਰ ਐਗਜ਼ਾਮਪਲ, ਆਹ ਜਿਹੜੀ ਪੁਸਤਕ ਹੈ ਇਹ ਕੰਨੂ ਪਿੱਲੇ, ਬਹੁਤ ਵੱਡਾ ਪੰਡਿਤ ਹੋਇਆ ਆ ਜੀ, ਉਸ ਦਾ ਸੈੱਟ ਆ 6-7 ਕਿਤਾਬਾਂ ਦਾ ਵੋਲੀਅਮ, 6-7 ਵੋਲੀਅਮ ਆ ਮੇਰੇ ਕੋਲ। ਇਹ ਮੇਰੇ ਖਿਆਲ ਉਹ ਸਰਕਾਰ ਦੀ ਸਹਾਇਤਾ ਨਾਲ ਛਪੀ ਸੀ ਜੀ, ਇਹ ਮਦਰਾਸ ਗੌਰਮੈਂਟ, ਉਸ ਵੇਲੇ ਮਦਰਾਸ ਕਹਿੰਦੇ ਹੁੰਦੇ ਸੀਗੇ,
ਤਾਮਿਲਨਾਡੂ ਕਹਿ ਲਓ, ਤਾਮਿਲਨਾਡੂ ਦੀ ਗੌਰਮੈਂਟ ਦੀ ਗ੍ਰਾਂਟ ਨਾਲ, ਅਤੇ ਉਸਨੇ ਇਹਨਾਂ ਨੂੰ ਮੇਰਾ ਖਿਆਲ ਦੋ ਕੈਲਕੂਲੇਟਰ ਵੀ ਕਲਰਕ ਦਿੱਤੇ ਸੀ, ਉਹਨਾਂ ਨੂੰ ਕੈਲਕੂਲੇਟਰ ਕਹਿੰਦੇ ਸੀਗੇ, ਕੈਲਕੂਲੇਸ਼ਨਾਂ ਕਰਨ ਵਾਲੇ ਆਦਮੀਆਂ ਨੂੰ ਉਹ ਦਿੱਤੇ ਸੀਗੇ, ਅਤੇ ਸਾਰੀ ਗ੍ਰੰਥ ਉਹਨਾਂ ਤੋਂ ਇਹਦੀ ਗਾਈਡੈਂਸ ਰਾਹੀਂ ਹੋਈ ਆ। ਕੰਨੂ ਪਿੱਲੇ ਬੜਾ ਵੱਡਾ ਪੰਡਿਤ ਸੀ। ਇਸ ਨੇ 1699 ਦੀ ਜਿਹੜੀ ਡੇਟ ਆ, ਇਸ ਦੇ ਵਿੱਚ ਡੇਟ ਇੱਕ ਤਾਂ ਦਿੱਤੀ ਹੈ ਟੋਪ 'ਤੇ, ਮੈਂ ਤੁਹਾਨੂੰ ਦਿਖਾ ਲੈਂਦਾ, ਤੁਸੀਂ ਪੜ੍ਹ ਲਓ, ਤੁਸੀਂ ਦੱਸ ਦਿਓ ਕਿ ਮਾਰਚ ਦੀ 29 ਲਿਖੀ ਆ ਸੂਰਿਆ ਸਿਧਾਂਤ ਦੇ ਮੁਤਾਬਕ, ਹਾਂ 29.61 ਲਿਖਿਆ, ਇਹਦਾ ਮਤਲਬ 6-1 ਦਾ ਮਤਲਬ ਆ ਵੀ ਦਿਨ ਦਾ ਕਿੰਨਾ ਹਿੱਸਾ ਗਿਆ ਸੀ 29 ਮਾਰਚ ਨੂੰ, ਅੱਧੇ ਤੋਂ ਜ਼ਿਆਦਾ ਗਿਆ ਸੀ ਜੀ। ਇੱਥੋਂ ਚੁੱਕਣੀ ਚਾਹੀਦੀ ਸੀ 29 ਤਰੀਕ ਸਰਦਾਰ ਡਾਕਟਰ ਗੰਡਾ ਸਿੰਘ ਉਹਨਾਂ ਨੂੰ, ਅਤੇ ਉਹਨਾਂ ਨੇ ਚੁੱਕ ਲਈ ਇੱਥੋਂ ਜਿੱਥੇ ਇੱਕ ਵਿਸਾਖ ਲਿਖਿਆ ਆ 30 ਮਾਰਚ ਨੂੰ। ਓਕੇ, ਉਹ ਗਲਤ ਆ। ਗਲਤ ਇਸ ਵਾਸਤੇ ਆ ਕਿ ਆਹ ਜਿਹੜਾ ਥੱਲੇ ਦਾ ਟੇਬਲ ਆ, ਇਸ ਨੇ ਇੰਟਰੋਡਕਸ਼ਨ ਵਿੱਚ ਲਿਖਿਆ ਕਿ ਤਾਮਿਲਨਾਡੂ ਰੂਲ ਦੇ ਮੁਤਾਬਕ ਆ ਪ੍ਰੋਵਿੰਸ਼ੀਆਂ ਦਾ, ਅਤੇ ਉਹਦਾ ਰੂਲ ਜਿਹੜਾ ਪੰਜਾਬ ਨਾਲੋਂ ਡਿਫਰੈਂਟ ਆ। ਹੁਣ ਇੱਥੇ ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਵਾਂ, ਕੰਨੂ ਪਿੱਲੇ ਨੇ ਇੰਨੀ ਮਿਹਨਤ ਕੀਤੀ ਹੈ ਨਾ, ਤੁਹਾਡੇ ਮੁਤਾਬਕ ਇਹ ਬਿਲਕੁਲ ਸਹੀ ਹੈ ਕਿ ਕੰਨੂ ਪਿੱਲੇ ਨੇ ਜੋ ਲਿਖਿਆ? ਕੰਨੂ ਪਿੱਲੇ ਦਾ ਜੋ ਕੁਛ ਕੈਲਕੂਲੇਸ਼ਨ ਕੀਤੀ ਆ ਉਹ ਸੂਰਜ ਸਿਧਾਂਤ ਦੇ ਮੁਤਾਬਕ ਬਿਲਕੁਲ ਠੀਕ ਆ, ਜੋ ਕੁਛ ਉਸ ਵੇਲੇ ਅਵੇਲੇਬਲ ਸੀ ਉਹਦੇ ਮੁਤਾਬਕ ਬਿਲਕੁਲ ਠੀਕ ਆ। ਸੋ ਜੇ ਕਿਤੇ ਫਰਕ ਆ ਤਾਂ ਉਹ ਹੋ ਸਕਦਾ ਮੈਨੂੰ ਇੱਦਾਂ, ਮੈਂ ਇੱਕ ਵਾਰੀ ਇੱਦਾਂ ਹੀ ਵਰਕਾ ਫੋਲ ਲਿਆ ਸੀ ਅਤੇ ਮੈਨੂੰ ਅਚਾਨਕ ਇੱਕ ਫਿਗਰ ਦਿਸ ਪਈ, ਤਾਂ ਉਹ ਔਡ ਫਿਗਰ ਮੈਨੂੰ ਲੱਗੀ ਵੀ ਇੱਦਾਂ ਨਹੀਂ ਹੋ ਸਕਦਾ, ਉਹ ਫਿਰ ਪ੍ਰਿੰਟਿੰਗ ਐਰਰ ਜਾਂ ਹੋਰ ਕੋਈ ਐਰਰ ਹੋਊਗੀ। ਸੋ ਪਰ ਉੱਦਾਂ ਜਿਹੜਾ ਵਰਕ ਆ ਇਹ ਸੋਲਿਡ ਆ, ਟਕਸਾਲੀ ਹੈ, ਪਰ ਇਸ ਦੇ ਵਿੱਚ ਮੈਂ ਗਲਤੀਆਂ ਫੜੀਆਂ। ਇਸ ਦੀ ਪਹਿਲੀ ਵੋਲੀਅਮ ਦੇ ਵਿੱਚ ਜਿਹੜੀ ਐਗਜ਼ਾਮਪਲ ਦਿੱਤੀ ਆ ਉਹਦੇ ਵਿੱਚ ਐਰਰ ਆ, ਬੜੀ ਵੱਡੀ ਐਰਰ ਆ, ਉਹ ਓਮਿਸ਼ਨ ਹੋਈ ਆ। ਉਹ ਤੋਂ ਇਹ ਥੋੜ੍ਹੋ ਵੀ ਪੰਡਿਤ ਜੀ ਨੂੰ ਪਤਾ ਨਹੀਂ ਸੀ, ਉਹਨਾਂ ਨੂੰ ਪਤਾ ਸੀਗਾ, ਪਰ ਉਹ ਤੋਂ ਕਿਸੇ ਤੋਂ ਵੀ ਸਲਿੱਪ ਹੋ ਸਕਦੀ ਆ, ਪਰ ਗਲਤੀ ਹਜੇ ਤਾਂ ਕਿਨ ਫੜੀ ਆ, ਤਕਰੀਬਨ 100 ਸਾਲ 80 ਸਾਲ ਹੋ ਚੁੱਕੇ ਆ। ਓਕੇ, 100 ਸਾਲ ਬਾਅਦ ਗਲਤੀ ਹਜੇ ਵੀ ਮੈਂ ਕਹਿ ਰਿਹਾ ਹਾਂ, ਅਤੇ ਜਿਹੜਾ ਮਰਜ਼ੀ ਪੰਡਿਤ ਚੈੱਕ ਪੁੱਛ ਲਵੇ ਮੈਂ ਤੋਂ ਵੀ ਕੀ ਗਲਤੀ ਹੈ। ਹਾਂਜੀ, ਸੋ ਜਿਵੇਂ ਸਿੱਖਾਂ ਨੇ ਤੁਹਾਡੇ ਨਾਲ ਬਹਿਸ ਕੀਤੀਆਂ ਨੇ, ਕਿਸੇ ਹਿੰਦੂ ਪੰਡਿਤ ਨੇ ਵੀ ਤੁਹਾਡੇ ਨਾਲ ਬਹਿਸ ਕੀਤੀ ਹੈ? ਮੈਂ ਇੱਕ ਪੰਡਿਤ ਜੀ ਕੋਲ ਗਿਆ ਸੀਗਾ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਸੇਜ ਲੈ ਕੇ, ਜਿਸ ਵੇਲੇ ਨਾਨਕ ਸ਼ਾਹੀ ਕੈਲੰਡਰ ਲਾਗੂ ਹੋ ਗਿਆ, ਅਤੇ ਫਿਰ ਮੈਂ ਜਿਹੜੇ ਜੰਤਰੀ ਬਣਾਉਣ ਵਾਲੇ ਸੀ ਉਹਨਾਂ ਸਾਰਿਆਂ ਨੂੰ ਮਿਲਣਾ ਸੀਗਾ, ਉਹਨਾਂ ਦੇ ਵਿੱਚੋਂ ਆਪਣੇ ਭਾਈ ਬੂਟਾ ਸਿੰਘ, ਪ੍ਰਤਾਪ ਸਿੰਘ, ਚਤਰ ਸਿੰਘ, ਜੀਵਨ ਸਿੰਘ ਉਹਨਾਂ ਨੂੰ, ਅਤੇ ਜਲੰਧਰ ਵਾਲਿਆਂ ਨੂੰ ਪੰਡਿਤ ਪੰਨਾ ਲਾਲ ਸ਼ਰਮਾ ਜਿਹੜੇ ਜਲੰਧਰ ਤੋਂ ਕੱਢਦੇ ਨੇ, ਫਿਰ ਕੁਰਾਲੀ ਤੋਂ ਜਿਹੜੇ ਕੱਢਦੇ ਨੇ ਉਹ ਪੰਡਿਤ ਪ੍ਰਿਆਵਰਤ ਸ਼ਰਮਾ, ਉਹਨਾਂ ਨੂੰ ਮੈਂ ਉੱਥੇ ਪੰਚਕੁਲੇ ਕੋਠੀ 'ਤੇ ਮਿਲਿਆ 2-3 ਘੰਟੇ, ਅਤੇ ਉੱਥੇ ਉਹਨਾਂ ਨਾਲ ਮੈਂ ਉਹਨਾਂ ਦੇ ਸਾਹਮਣੇ ਇੱਕ ਤਾਂ ਮੈਂ ਆਪਣੀ 5-6 ਸਾਲਾ ਜੰਤਰੀ ਦਿਖਾ ਲਈ, ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਸੂਰਜ ਸਿਧਾਂਤ ਦੇ ਮੁਤਾਬਕ ਮੈਂ ਕੈਲਕੂਲੇਸ਼ਨ ਕੀਤੀ ਹੀ ਆ, ਅਤੇ ਉਹਨਾਂ ਪੰਡਤਾਂ ਨੂੰ ਪਤਾ ਵੀ ਕੋਈ ਕੋਈ ਪੰਡਿਤ ਹੀ ਇਹ ਕੈਲਕੂਲੇਸ਼ਨਾਂ ਕਰ ਸਕਦਾ, ਆਮ ਬੰਦੇ ਦਾ ਕੰਮ ਨਹੀਂ ਹੈਗਾ ਇਹ, ਅਤੇ ਉਹ ਤਾਂ ਇੰਪ੍ਰੈਸ ਹੋਣਾ ਹੀ ਸੀ। ਦੂਜੀ ਗੱਲ, ਮੈਂ 64 ਜੰਤਰੀਆਂ ਦਾ, ਉਹਨਾਂ ਦੀਆਂ ਦਾ ਤੇ 2 ਜੰਤਰੀਆਂ, ਇੱਕ ਜਲੰਧਰ ਵਾਲੀ ਦਾ, ਇੱਕ ਕੁਰਾਲੀ ਵਾਲਿਆਂ ਦੀ, ਇੱਕ ਜਿਹੜੀ ਕਲਕੱਤੇ ਤੋਂ ਅੰਗਰੇਜ਼ੀ ਜੰਤਰੀ ਛੱਡਦੀ ਹੈ ਲਹਿਰੀ ਦੀ, ਉਹ ਬੜੀ ਉਹ ਟਕਸਾਲੀ ਜੰਤਰੀ ਹੈ, ਲਹਿਰੀ ਦਾ ਮਤਲਬ ਸਟੈਂਡਰਡ ਜਿਹੜਾ ਕਹਿੰਦੇ ਆ ਉਹ, ਐਸਟਰੋਨੋਮਰ ਵੱਡਾ ਮਤਲਬ ਜਿਹੜੀ ਕੈਲੰਡਰ ਰਿਫਾਰਮ ਕਮੇਟੀ ਪੰਡਿਤ ਨਹਿਰੂ ਨੇ ਬਣਾਈ ਸੀ ਉਹਦਾ ਉਹ ਸੈਕਟਰੀ ਸੀ। ਅੱਛਾ, ਪੰਡਿਤ ਨਹਿਰੂ ਵੀ ਇਸ 'ਤੇ ਇੰਟਰਸਟਡ ਸੀ? ਨਾ, ਉਹਨਾਂ ਨੇ ਸਾਰੇ ਜਿਹੜੇ ਸਿੱਕਿਆਂ ਦੇ ਬਦਲੇ ਆਹ ਜਿਹੜੀਆਂ ਯੂਨਿਟਾਂ ਸ਼ੂਨਟਾਂ ਬਦਲੀਆਂ ਉਹਨਾਂ ਨੇ ਬਦਲੀਆਂ, ਉਹਨਾਂ ਨੇ ਕਮੇਟੀ ਬਣਾਈ ਸੀਗੀ, ਉਸ ਕਮੇਟੀ ਦਾ ਸੈਕਟਰੀ ਸੀ ਜਿਹੜਾ ਕੈਲੰਡਰ ਰਿਫਾਰਮ ਕਮੇਟੀ ਦਾ ਸੀ ਉਹਦੀ ਜੰਤਰੀ ਦਾ ਡਾਟਾ। ਸੋ ਇਹ 3 ਜੰਤਰੀਆਂ ਦਾ ਡਾਟਾ ਪਲੱਸ ਮੇਰੀ ਆਪਣੀ ਕੈਲਕੂਲੇਸ਼ਨਾਂ ਦਾ ਡਾਟਾ ਪੂਰੇ ਸਾਲ ਦਾ, 365 ਦਿਨਾਂ ਦਾ ਟੇਬਲ ਬਣਾ ਕੇ 365 ਦਾ ਉਹਨਾਂ ਨੇ ਮੋਹਰੇ ਪੰਡਿਤ ਜੀ ਦੇ ਰੱਖ ਦਿੱਤਾ। ਮੈਂ ਕਿਹਾ ਪਹਿਲਾਂ ਤਾਂ ਤੁਹਾਡੀਆਂ ਉਸ ਵਿੱਚ ਨਹੀਂ ਮਿਲਦੀਆਂ, ਫਿਰ ਮੈਂ ਕਿਹਾ ਵੀ ਆ ਇਸ ਜੰਤਰੀ ਜ਼ਿਆਦਾ ਐਰਰ ਆ ਤੁਹਾਡੇ ਵਿੱਚ ਘੱਟ ਆ, ਤੁਹਾਡੇ ਨਾਲ ਮੇਰੀ ਸਮਝ ਲਓ ਵੀ 95% ਮਿਲਦੀ ਆ, ਅਤੇ ਮੇਰਾ ਲਹਿਰੀ ਨਾਲੋਂ 1 ਮਿੰਟ ਦਾ ਫਰਕ ਆ 365 ਦਿਨਾਂ ਵਿੱਚ, ਜਿੱਥੇ ਜਿੱਥੇ ਵੀ ਫਰਕ ਹੋਵੇ 1 ਮਿੰਟ ਤੋਂ ਵਾਧੂ ਦਾ ਫਰਕ ਨਹੀਂ ਜਿੱਥੇ ਜੀ ਕੈਲਕੂਲੇਸ਼ਨ ਵਿੱਚ। ਸੋ ਮੈਂ ਆਪਣੇ ਉਹਨਾਂ ਦੇ ਸਾਹਮਣੇ ਰੱਖ ਦਿੱਤਾ, ਉਹਨਾਂ ਨੂੰ ਪਤਾ ਲੱਗ ਗਿਆ ਵੀ ਇਸ ਬੰਦੇ ਨੂੰ ਸਾਡਾ ਸਭ ਕੁਛ ਪਤਾ ਆ। ਹਾਂ, ਜਿਹੜੀ ਹੁਣ ਮੈਂ ਗੱਲ ਕਰਨ ਲੱਗਾ ਉਹ ਇਹ ਆ
ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਪੰਡਿਤ ਜੀ, ਮੈਂ ਸੁਨੇਹਾ ਲੈ ਕੇ ਆਇਆ ਐਸ ਜੀ ਪੀ ਸੀ ਦਾ ਕਿ ਤੁਸੀਂ ਆਪਣੀ ਜੰਤਰੀ ਜਿਹੜੀ ਅਗਲੇ ਸਾਲ ਨੂੰ ਤਿਆਰ ਕਰਨੀ ਆ, ਉਹਦੇ ਵਿੱਚ ਨਾਨਕਸ਼ਾਹੀ ਕੈਲੰਡਰ ਦੇ ਗੁਰਪੁਰਬ ਜਿਹੜੇ ਅਸੀਂ ਡਿਸਾਈਡ ਕੀਤਾ ਉਹਨਾਂ ਨੂੰ ਲਾਓ, ਅਤੇ ਪਿਛਲੇ ਜਿਹੜੇ ਤੁਸੀਂ ਆ ਟ੍ਰਡੀਸ਼ਨਲ ਜਿਹਨੂੰ ਆਪਾਂ ਕਹਿੰਦੇ ਹਾਂ ਵੀ ਉਹ ਡੇਟਾਂ ਨਾ ਦਿਓ ਅਤੇ ਸਾਡੀਆਂ ਡੇਟਾਂ ਨਵੀਆਂ ਦਿਓ ਨਾਨਕਸ਼ਾਹੀ ਮਾਤਾ ਨੂੰ। ਉਹ ਇਸ ਗੱਲ ਨੂੰ ਉਹਨਾਂ ਨੇ ਗੱਲ ਜਿਹੜੀ ਕਹੀ ਹੋਈ ਉਹ ਮੈਂ ਹੁਣ ਤੁਹਾਡੇ ਨਾਲ ਸ਼ੇਅਰ ਕਰ ਹੀ ਲੈਂਦਾ। ਕਰ ਲਓ ਭਾਈ, ਤੁਸੀਂ ਹਿੰਦੂ ਸਿੱਖਾਂ ਵਿੱਚ ਪਾੜਾ ਪਾ ਰਹੇ ਹੋ। ਮੈਂ ਕੈਲੰਡਰ ਨੂੰ ਗੁਰਬਾਣੀ ਅਨੁਸਾਰ ਬਣਾਇਆ ਆ, ਤੇ ਅਸੀਂ ਤਾਂ ਪੰਥ ਨੂੰ ਵੀ ਜੋੜਨ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਇੱਕ ਮੁੱਠ ਹੋਣ। ਪਾੜਾ ਪਾਉਣ ਦਾ ਸਾਡਾ ਮਕਸਦ ਨਹੀਂ ਹੈ, ਨਾ ਕਿਸੇ ਹੋਰ ਨਾਲ ਤੇ ਨਾ ਆਪਣੇ ਵਿੱਚ। ਤੇ ਫਿਰ ਮੈਂ ਉਹਨਾਂ ਨੂੰ ਪੁੱਛਿਆ ਵੀ ਪੰਡਿਤ ਜੀ, ਤੁਹਾਡੀ ਦੀਵਾਲੀ ਜਿਹੜੀ ਆ ਇਹ ਗਰਮੀਆਂ ਨਾ ਚੱਲ ਜਾਵੇਗੀ ਜਿਹੜਾ ਕੈਲੰਡਰ ਤੁਹਾਡਾ? ਹਾਂਜੀ, ਜਦੋਂ ਤੁਸੀਂ ਉਹਨੂੰ ਜਾ ਕੇ ਮਿਲੇ, ਹਾਂਜੀ, ਤੇ ਉਹ ਕੀ ਉਹਨਾਂ ਦਾ ਵੀ ਸਿਸਟਮ ਹਿਲ ਕੇ ਅੱਗੇ ਆ ਜਾਏਗਾ? ਮੈਂ ਤਾਂ ਕਿਹਾ ਵੀ ਆਵੇਗਾ ਨਾ ਜੀ, ਉਹ ਪੰਡਿਤ ਜੀ ਕਹਿੰਦੇ ਆਵੇਗਾ। ਇਹਦਾ ਮਤਲਬ ਇਹ ਹੈ ਵੀ ਉਹਨਾਂ ਪੰਡਿਤ ਜੀ ਨੂੰ ਤਾਂ ਪਤਾ ਹੈ ਵੀ ਉਹਨਾਂ ਦੇ ਕੈਲੰਡਰ ਦੇ ਵਿੱਚ 17 ਸਾਲਾਂ ਵਿੱਚ 71-72 ਸਾਲਾਂ ਵਿੱਚ ਇੱਕ ਦਿਨ ਦਾ ਫਰਕ ਪਈ ਜਾਂਦਾ ਹੈ ਰੁੱਤਾਂ ਨਾਲੋਂ, ਅਤੇ ਸਾਡੇ ਜਿਹੜੇ ਕਹਿੰਦੇ ਆ ਪੁਰੇਵਾਲ ਦੀਆਂ ਕੈਲਕੂਲੇਸ਼ਨਾਂ ਗਲਤ ਆ। ਆ 4-5 ਜਾਣੇ ਜਿਹੜੇ ਆ ਮੁਫ਼ਤ 'ਚ ਰੌਲਾ ਪਾ ਰਹੇ ਆ, ਕਈਆਂ ਨੇ ਇਹ ਵੀ ਕਿਹਾ ਪੁਰੇਵਾਲ ਝੂਠ ਬੋਲਦਾ, ਇਹ ਨਹੀਂ ਹੋਣਾ ਕਦੇ, ਨਾ ਰੁੱਤਾਂ ਬਦਲੀਆਂ ਮਹੀਨਿਆਂ 'ਚ ਨਾ ਬਦਲਣਗੀਆਂ। ਉਹਨਾਂ ਲੋਕਾਂ ਨੂੰ ਕੈਲੰਡਰ ਦੀ ਏ ਬੀ ਸੀ ਨਹੀਂ ਆਉਂਦੀ। ਆ ਜਿਹੜੀ ਤੁਹਾਡੇ ਨਾਲ ਮੈਂ ਜੰਤਰੀ ਇੱਕ ਥਾਲੀ ਆ ਇੱਕ ਹੋਰ ਆ, ਇਹਨਾਂ ਦੋਹਾਂ ਜੰਤਰੀਆਂ ਵਿੱਚ ਲਿਖਿਆ ਵੀ ਆਇਨ ਅੰਸ਼ ਜਿਹੜਾ ਆ ਇਹ ਇਸ ਸਾਲ 24 ਡਿਗਰੀਆਂ ਆ। ਉਹਦਾ ਮਤਲਬ ਇਹ ਹੈ ਕਿ 24 ਡਿਗਰੀਆਂ ਦੇ ਸੂਰਜ ਦਾ ਜਿਹੜਾ ਇਕੁਇਨੋਕਸ ਆ ਉਹ ਪਛਾਣ ਹੋ ਗਿਆ ਆ। ਉਹਦਾ ਮਤਲਬ ਇਹ ਹੈ ਕਿ 24 ਦਿਨਾਂ ਦਾ ਰੁੱਤਾਂ ਦੇ ਵਿੱਚ ਫਰਕ ਪੈ ਚੁੱਕਾ ਜਦੋਂ ਉਹਦਾ ਸ਼ੁਰੂ ਹੋਇਆ ਕੰਮ। ਪੰਡਿਤਾਂ ਨੂੰ ਇਸ ਗੱਲ ਦਾ ਪਤਾ ਬਿਲਕੁਲ ਵੀ 71 ਸਾਲਾਂ ਬਾਅਦ ਇੱਕ ਦਿਨ ਦਾ ਫਰਕ ਪੈ ਰਿਹਾ। ਹਾਂਜੀ, ਪਰ ਉਹ ਇਹ ਚੀਜ਼ ਆਪਣੀ ਸਮਾਜ ਨੂੰ ਜਾਂ ਦੇਸ਼ ਵਾਸੀਆਂ ਨੂੰ ਕਿਉਂ ਨਹੀਂ ਦੱਸਦੇ ਪਏ? ਉਹਨਾਂ ਨੂੰ ਪਤਾ ਹੈ, ਇਸੇ ਕਰਕੇ ਤਾਂ ਗਵਰਨਮੈਂਟ ਆਫ ਇੰਡੀਆ ਨੇ ਜਿਹੜਾ ਸਾਕਾ ਕੈਲੰਡਰ ਲਾਇਆ ਸੀਗਾ, ਪਿਛਲਾ ਸਾਕਾ ਹਟਾ ਕੇ ਜਿਹੜਾ ਸਾਕਾ ਕੈਲੰਡਰ ਸੀਗਾ ਉਹ ਬਿਕਰਮੀ ਕੈਲੰਡਰ ਜਿਹੜਾ ਹੈਗਾ ਬਿਕਰਮਾਜੀਤ ਵਾਲਾ ਬਿਕਰਮੀ ਵਾਲਾ ਉਹਦੇ ਬਿਲਕੁਲ ਬਰਾਬਰ ਸੀ, ਸਿਰਫ ਸੰਨ ਦਾ ਫਰਕ ਸੀਗਾ, ਮਤਲਬ ਸੰਮਤ ਦੀ ਗਿਣਤੀ। ਜਿਹੜਾ ਬਿਕਰਮੀ ਕੈਲੰਡਰ ਆ ਉਹ ਬਿਕਰਮਾ ਦਿੱਤੇ ਕਿਸ ਚੀਜ਼ ਤੋਂ ਸ਼ੁਰੂ ਹੁੰਦਾ ਆ? ਭਾਰਤ ਤੋਂ ਗੱਦੀ ਤੋਂ ਉਹਦੀ ਗੱਦੀ ਤੋਂ। ਹਾਂਜੀ, ਥੋੜਾ ਨਾਨਕਸ਼ਾਹੀ ਕੈਲੰਡਰ ਕਦੋਂ ਤੋਂ ਸ਼ੁਰੂ ਹੁੰਦਾ ਆ? ਅਸੀਂ ਨਾਨਕਸ਼ਾਹੀ ਕੈਲੰਡਰ 1469 ਪਹਿਲਾ ਸਾਲ ਰੱਖਿਆ ਆ ਜਿਸ ਵੇਲੇ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਹੋਇਆ। ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਤੋਂ ਤੁਸੀਂ ਲੈ ਲਿਆ? ਅਸੀਂ ਪ੍ਰਕਾਸ਼ ਵਾਲੀ ਡੇਟ ਤੋਂ ਨਹੀਂ ਬਲਕਿ ਪ੍ਰਕਾਸ਼ ਵਾਲੇ ਯੀਅਰ ਤੋਂ। ਮੈਂ ਇੱਕ ਗੱਲ ਬੜੀ ਸਪਸ਼ਟ ਕਰਨੀ ਚਾਹੁੰਦਾ ਹਾਂ, ਉਹ ਇਹ ਹੈ ਕਿ ਡਾਕਟਰ ਗੰਡਾ ਸਿੰਘ ਹੋਣਾ ਨੇ ਇੱਕ ਲਿਖੀ ਛੋਟੀ ਜਿਹੀ ਕਿਤਾਬ 'ਚ ਆ ਨਾਨਕਸ਼ਾਹੀ ਜੰਤਰੀ, ਉਸ ਦੇ ਵਿੱਚ ਉਹਨਾਂ ਨੇ 500 ਸਾਲ ਦੀਆਂ ਵਿਸਾਖੀ ਦੀਆਂ ਤਰੀਕਾਂ ਦਿੱਤੀਆਂ ਹੋਈਆਂ, ਸਿਰਫ ਇੱਕ ਤਰੀਕ ਇੱਕ ਸਾਲ ਦੀ। ਸੋ ਉਹ ਇੰਨੀ ਇਤਿਹਾਸ ਦੀਆਂ ਤਰੀਕਾਂ ਲੱਭਣ ਲਈ ਯੂਜ਼ਫੁੱਲ ਨਹੀਂ, ਪਰ ਚਲੋ ਵਿਸਾਖੀਆਂ ਦਾ ਤਾਂ ਪਤਾ ਲੱਗ ਜਾਊ ਕਿ ਕਿੱਦਾਂ ਹਿੱਲ ਰਹੀ ਆ। ਪਰ ਉਹਦੀ ਇੰਟਰੋਡਕਸ਼ਨ ਵਿੱਚ ਉਹ ਲਿਖਦੇ ਆ ਵੀ ਕਿੰਨੀ ਹਾਸੋਹੀਣੀ ਗੱਲ ਹੈ ਕਿ ਕੈਲੰਡਰ ਖਾਲਸਾ ਸੰਮਤ ਦਾ ਆਰੰਭ ਜਾਂ ਨਾਨਕਸ਼ਾਹੀ ਕੈਲੰਡਰ ਦਾ ਆਰੰਭ ਮਹੀਨੇ ਨਾ ਪਹਿਲੇ ਮਹੀਨੇ ਤੋਂ ਹੁੰਦਾ ਆ ਤੇ ਨਾ ਮਹੀਨੇ ਦੀ ਪਹਿਲੀ ਤਰੀਕ ਤੋਂ ਹੁੰਦਾ ਆ ਜਿਹੜੇ ਕੱਤਕ ਪੂਰਨਮਾਸ਼ੀ ਤੋਂ ਕਰਦੇ ਆ ਜੀ। ਇਸ ਵਾਸਤੇ ਇਹ ਡਾਕਟਰ ਗੰਡਾ ਸਿੰਘ ਉਹਨਾਂ ਦਾ ਇਹ ਵਿਚਾਰ ਸੀ ਕਿ ਸਾਲ ਦੇ ਆਰੰਭ ਤੋਂ ਜਿਹੜਾ ਆ ਸੰਮਤ ਸ਼ੁਰੂ ਹੋਣਾ ਚਾਹੀਦਾ ਆ ਜੀ, ਤੇ ਅਸੀਂ ਵੀ ਉਸ ਮੈਥਡ ਨੂੰ ਰੱਖਿਆ ਕਿਉਂਕਿ ਸਾਡਾ ਸਾਲ ਚੇਤ ਨਾਲ ਆਰੰਭ ਹੁੰਦਾ ਆ, ਤੇ ਅਸੀਂ ਚੇਤ ਨੂੰ ਅਸੀਂ ਪਹਿਲਾ ਮਹੀਨਾ ਮੰਨਿਆ ਤੇ ਸੰਮਤ ਅਸੀਂ ਜਿਹੜਾ ਇੱਕ ਵਾਰ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਵਾਲੇ ਸਾਲ ਦਾ ਉਸ ਨੂੰ ਉਸ ਸੰਮਤ ਦਾ ਆਰੰਭ ਮੰਨਿਆ ਕਿ ਇਹ ਮੈਥਡ ਵਰਤਿਆ ਜਾਂਦਾ ਇੰਟਰਨੈਸ਼ਨਲ ਕੈਲੰਡਰਾਂ ਵਿੱਚ। ਜਿਵੇਂ ਤੁਸੀਂ ਇਹ ਕਹਿ ਲਓ ਕਿ ਹਜ਼ਰਤ ਈਸਾ ਦਾ ਜਿਹੜਾ ਪ੍ਰਕਾਸ਼ ਦਿਹਾੜਾ ਉਹ ਵੀ 1 ਜਨਵਰੀ ਦਾ ਨਹੀਂ ਨਾ, ਕੈਲੰਡਰ ਤਾਂ 1 ਜਨਵਰੀ ਤੋਂ ਸ਼ੁਰੂ ਹੁੰਦਾ ਆ। ਇੱਦਾਂ ਹੀ ਹਿਜਰਤ ਵਾਲੀ ਜਿਹੜੀ ਗੱਲ ਆ ਉਹ ਵੀ ਨਹੀਂ ਉਸੇ ਤਰੀਕ ਤੋਂ, ਉਹਦਾ ਵੀ ਫਰਕ ਹੈ ਇੱਕਦਮ ਮਹੀਨਿਆਂ ਦਾ, ਜੁਲਾਈ ਤੋਂ ਸਤੰਬਰ ਦੀ ਕੋਈ ਤਰੀਕ ਹੈਗੀ ਆ ਜਿਹੜੀ ਅਸਲੀ ਸਾਇੰਸ ਹਿਸਟੋਰੀਅਨਸ ਨੇ ਲੱਭੀ ਆ। ਤੁਹਾਨੂੰ ਕਿਸੇ ਨੇ ਹੁਣ ਤੱਕ ਇਹ ਨਹੀਂ ਕਿਹਾ ਵੀ ਆਹ ਚੀਜ਼ਾਂ ਥੋੜ੍ਹੀਆਂ ਜਿਹੀਆਂ ਇੰਜ ਕਰ ਲਓ ਫਿਰ ਅਸੀਂ ਕੈਲੰਡਰ ਨੂੰ ਲਾਗੂ ਕਰਾ ਲੈਂਦੇ ਹਾਂ, ਵੀ ਥੋੜ੍ਹਾ ਜਿਹਾ ਤੁਸੀਂ ਸਾਡੀ ਮੰਨ ਲਓ ਥੋੜ੍ਹੀ ਅਸੀਂ ਤੁਹਾਡੀ ਮੰਨ ਲੈਂਦੇ ਹਾਂ? ਦੇਖੋ ਇਹ ਕਦੇ ਗੱਲ ਹੋ ਸਕਦੀ ਆ ਜੇ ਇੱਕ ਬੰਦਾ ਕਹੇ 2 ਦੇ 2
चार होंगे आ, दूजा कवे दो ते दो तीन होंगे आ, ते बचोला कवे साढ़े तीन कर लो ना तीन रखो ना चार रखो साढ़े तीन कर लो। हाँ जी सो ओके ये गल नहीं हो सकती कदे भी। ਅਸੀਂ ਕੈਲੰਡਰ ਜਿਹੜਾ ਆ ਬਿਲਕੁਲ ਠੋਸ, ਤੁਸੀਂ ਆਪਣੇ ਅੰਤਲੇ ਸਮੇਂ ਤੱਕ ਡਟੇ ਹੋ ਵੀ ਕੈਲੰਡਰ ਇਹ ਬਿਲਕੁਲ ਓਕੇ ਆ। ਹਾਂ ਬਿਲਕੁਲ ਐਬਸੋਲਿਊਟਲੀ। 5 ਲੱਖ ਦਾ ਜਿਹੜਾ ਤੁਸੀਂ ਨਾਮ ਰੱਖਿਆ ਆ ਉਹ ਅੱਜ ਤੱਕ ਕੋਈ ਜਿੱਤਣ ਆਇਆ ਨਹੀਂ? ਇਹ 1999 2000 ਦਾ 531 ਸੰਮਤ ਨਾਨਕਸ਼ਾਹੀ ਦਾ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਛਾਪਿਆ ਸੀ ਉਹ ਉਹ ਕਾਪੀ ਆ ਉਹਦੀ। ਓਕੇ ਹਾਂਜੀ ਇਸ ਦੇ ਵਿੱਚੋਂ ਮੈਂ ਦੋ ਫਟਾਫਟ ਪੜ੍ਹ ਕੇ ਸੁਣਾ ਦਿੰਦੇ ਹਾਂ। ਹਰ ਇੱਕ ਕੌਮ ਦਾ ਆਪਣਾ ਪਹਿਲਾ ਪਹਿਲਾ ਜਿਹੜਾ ਨੰਬਰ ਇੱਕ ਆਈਟਮ, ਹਰ ਇੱਕ ਕੌਮ ਦਾ ਆਪਣਾ ਆਪਣਾ ਕੈਲੰਡਰ ਹੁੰਦਾ ਹੈ। ਮੁਸਲਮਾਨਾਂ ਦਾ ਹਿਜਰੀ, ਈਸਾਈਆਂ ਦਾ ਈਸਵੀ, ਹਿੰਦੂਆਂ ਦਾ ਬਿਕਰਮੀ ਆਦਿ। ਸਿੱਖ ਕੌਮ ਦਾ ਆਪਣਾ ਕੋਈ ਕੈਲੰਡਰ ਨਹੀਂ ਸੀ। ਜੇ ਨਾਨਕਸ਼ਾਹੀ ਸੰਮਤ ਜੰਤਰੀਆਂ ਵਿੱਚ ਦਿੱਤਾ ਹੁੰਦਾ ਸੀ ਉਸ ਦਾ ਕੇਵਲ ਸੰਮਤ ਹੀ ਵੱਖ ਸੀ। ਦਰਅਸਲ ਉਹ ਬਿਕਰਮੀ ਸੰਮਤ ਦੀ ਹੂ ਹੂ ਨਕਲ ਸੀ। ਉਸ ਦੀਆਂ ਸਗਰਾਂਦਾਂ, ਤਿਥੀਆਂ, ਸੁਦੀਆਂ, ਵਧੀਆਂ ਦੀ ਵੀ ਬਿਕਰਮੀ ਸੰਮਤ ਵਾਲੀਆਂ ਸਨ। ਇਹ ਸੀ ਪਹਿਲੀ ਗੱਲ ਜਿਹੜੀ ਆ ਵੀ ਸਾਨੂੰ ਆਪਣਾ ਕੈਲੰਡਰ ਚਾਹੀਦਾ ਸੀ। ਦੂਜੀ ਗੱਲ ਜਿਹੜੀ ਆ ਉਹ ਤੁਹਾਡੇ ਵਾਲੀ ਨਾਮ ਵਾਲੀ ਆ ਜਾਣੀ ਆ। ਉਹ ਅੱਜ ਕੱਲ੍ਹ ਦੂਜਾ ਸਵਾਲ ਸੀ, ਅੱਜ ਕੱਲ੍ਹ ਬਿਕਰਮੀ ਸੰਮਤ ਦੀਆਂ ਸਗਰਾਂਦਾਂ ਗੁਰਦੁਆਰਿਆਂ ਵਿੱਚ ਮਨਾਈਆਂ ਜਾਂਦੀਆਂ ਹਨ, ਜੋ ਇਸ ਜੇ ਇਸੇ ਤਰ੍ਹਾਂ ਹੀ ਰਹਿਣ ਦਿੱਤਾ ਜਾਵੇ ਤਾਂ ਕੀ ਹੋ ਹਰਜ ਹੈ? ਉਹਦਾ ਜਵਾਬ ਆ ਬਿਕਰਮੀ ਸੰਮਤ ਦਾ ਸਾਲ ਮੌਸਮੀ ਸਾਲ ਨਹੀਂ ਹੈ। ਉਰਦੂ ਦੇ ਵਿੱਚ ਮੌਸਮ ਅੱਜ ਕੱਲ੍ਹ ਜਿਹੜਾ ਵੈਦਰ ਆ ਉਹਨੂੰ ਵੀ ਕਹਿੰਦੇ ਆ ਅਤੇ ਜਿਹੜੀ ਰੁੱਤਵਾ ਸੀਜ਼ਨ ਹੁੰਦਾ ਉਹਨੂੰ ਵੀ ਕਹਿੰਦੇ ਆ। ਓਕੇ ਉਹ ਇੱਕੋ ਲਫ਼ਜ਼ ਆ, ਇਸ ਵਾਸਤੇ ਥੋੜ੍ਹਾ ਜਿਹਾ ਕਨਫਿਊਜ਼ਨ ਹੋ ਜਾਂਦਾ ਮੈਨੂੰ ਇੱਥੇ ਲਫ਼ਜ਼ ਰੁੱਤਵਾ ਵਰਤਣਾ ਚਾਹੀਦਾ ਸੀ, ਪਰ ਮੈਂ ਉਰਦੂ ਬਹੁਤ ਪੜ੍ਹਿਆ ਤਾਂ ਉਹ ਕਈ ਵਾਰ ਵਿੱਚ ਉਰਦੂ ਵਰ ਜਾਂਦਾ। ਠੀਕ ਹੈ ਜੀ। ਅੱਜ ਕੱਲ੍ਹ ਹਾਂਜੀ ਬਿਕਰਮੀ ਸੰਮਤ ਦਾ ਸਾਲ ਮੌਸਮੀ ਸਾਲ ਨਹੀਂ ਹੈ, ਇਸ ਲਈ ਸਮਾਂ ਪੈਣ ਨਾਲ ਹੌਲੀ ਹੌਲੀ ਇਸ ਦੇ ਮਹੀਨੇ ਮੌਸਮਾਂ ਵਿੱਚ ਸਥਿਰ ਨਹੀਂ ਰਹਿੰਦੇ। ਈਸਵੀ ਕੈਲੰਡਰ ਜਿਸ ਨੂੰ ਅੱਜ ਕੱਲ੍ਹ ਸਾਂਝਾ ਸੰਨ ਕਹਿੰਦੇ ਹਨ ਦਾ ਸਾਲ ਮੌਸਮੀ ਸਾਲ ਨਾਲੋਂ ਕੇਵਲ 26 ਸਕਿੰਟ ਵੱਧ ਹੈ, ਜਦਕਿ ਬਿਕਰਮੀ ਤਕਰੀਬਨ 20 ਮਿੰਟ। ਇਹਨਾਂ ਫਰਕਾਂ ਕਾਰਨ ਮੌਸਮਾਂ ਅਨੁਸਾਰ ਸਾਂਝੇ ਸੰਨ ਵਿੱਚ ਤਕਰੀਬਨ 3300 ਸਾਲ ਵਿੱਚ ਇੱਕ ਦਿਨ ਦਾ ਅਤੇ ਬਿਕਰਮੀ ਵਿੱਚ 70-71 ਸਾਲ ਵਿੱਚ ਇੱਕ ਦਿਨ ਦਾ ਫਰਕ ਪੈਂਦਾ ਹੈ। ਇਹ ਤਾਂ ਮੈਂ 5 ਲੱਖ ਇਨਾਮ ਰੱਖਿਆ ਆ ਕਿ ਜਿਹਨਾਂ ਨੇ ਜਿਹੜੇ ਕਹਿੰਦੇ ਕਿ ਪੁਰੇਵਾਲ ਦੀ ਇਹ ਗੱਲ ਗਲਤ ਆ, ਇਹ ਵੀ ਇੱਥੋਂ ਤੱਕ ਵੀ ਕਿਹਾ ਕਿ ਪੁਰੇਵਾਲ ਨੇ ਝੂਠ ਬੋਲਿਆ ਹੈ, ਇਹ ਨਹੀਂ ਹੈ, ਅਤੇ ਲਿਖਤ ਦੇ ਵਿੱਚ ਇਹ ਗੱਲਾਂ ਕਹੀਆਂ, ਉਹਨਾਂ ਨੂੰ ਮੇਰਾ ਚੈਲੇਂਜ ਆ ਜਿੱਦਣ ਮਰਜ਼ੀ 5 ਲੱਖ ਲੈ ਆਓ ਮੈਂ ਵੀ ਰੱਖ ਦਊਂਗਾ, ਅਤੇ ਨਾਲ ਯੂਨੀਵਰਸਿਟੀ ਦੇ ਐਸਟ੍ਰੋਨੋਮੀ ਦੇ ਵਿਦਵਾਨ ਆ ਜਾਣ ਅਤੇ ਉਹ ਫੈਸਲਾ ਕਰਨਗੇ, ਅਤੇ ਉਹ ਜਿਹੜਾ 10 ਲੱਖ ਹੁਣ ਐਸਟ੍ਰੋਨੋਮੀ ਜਿਹਨਾਂ ਨੇ ਪੜ੍ਹੀ ਨਹੀਂ ਦੇਖੀ ਨਹੀਂ ਉਹ ਵੀ ਉੱਠ ਕੇ ਕਹਿੰਦੇ ਪਏ ਪੁਰੇਵਾਲ 3-4, ਮੈਂ ਮਾਫ਼ੀ ਮੰਗਦਾ ਵਾਂ, ਪੁਰੇਵਾਲ ਕਾਮਰੇਡ, ਪੂਰੇ ਵਾਲ ਝੂਠਾ, ਪੂਰੇ ਵਾਲ ਸ਼ਰਾਬੀ, ਆਹ ਵਰਡ ਵੀ ਸੁਣਨ ਦੇ ਵਿੱਚ ਆਇਆ। ਹਾਂਜੀ ਤੁਸੀਂ ਇੱਥੇ ਮੈਨੂੰ 40 ਸਾਲ ਰਹਿੰਦੇ ਨੇ ਹੋਏ, ਤੁਸੀਂ ਸੰਗਤ ਦੇ ਵਿੱਚ ਵਿਚਰਦੇ ਆ, ਕਥਾ ਕਰਦੇ ਹੋ ਗੁਰੂ ਘਰਾਂ ਵਿੱਚ, ਗੁਰੂ ਘਰਾਂ ਦੇ ਨਾਲ ਮੇਰਾ ਸੇਵਾ ਦੇ ਵਿੱਚ ਹੱਥ ਬੜਾ ਰਿਹਾ ਆ। ਮੈਂ ਸਿੰਘ ਸਭਾ ਦੇ ਬਾਹਰ ਦੇਖਿਆ ਤੁਹਾਡੇ ਕੈਲੰਡਰ ਲੱਗੇ ਹੋਏ ਆ, ਜਿੱਦਣ ਤੁਸੀਂ ਉਸ ਦਿਨ ਮੈਂ ਕਥਾ ਕਰ ਰਿਹਾ ਸੀ ਤੁਸੀਂ ਸੁਣਨ ਦੇ ਲਈ ਆਏ ਤੇ ਬੱਚੇ ਤੁਹਾਡੇ ਨਾਲ ਫੋਟੋਆਂ ਕਰਵਾ ਰਹੇ ਸੀ, ਇਹਦਾ ਮਤਲਬ ਬੱਚਾ ਬੱਚਾ ਤੁਹਾਨੂੰ ਇੱਥੇ ਜਾਣਦਾ ਆ, ਹਰ ਬੀਬੀ ਭੈਣ, ਹਰ ਬੱਚਾ, ਹਰ ਬਜ਼ੁਰਗ, ਹਰ ਨੌਜਵਾਨ ਸਾਰੇ ਚੰਗੀ ਤਰ੍ਹਾਂ ਜਾਣਦੇ ਨੇ। ਹਾਂਜੀ ਤੇ ਦੂਸਰੀ ਗੱਲ ਇਹ ਹੈ ਵੀ ਤੁਸੀਂ ਕੈਲੰਡਰ ਦੇ ਮੈਂ ਜੋ ਕੁਛ ਕਹਿ ਰਿਹਾ ਸਵਾਲ ਜਵਾਬ ਦਿਓ, ਪਰਸਨਲ ਲਾਈਫ ਤੇ ਜਾਂਦਾ ਕੀ? ਪਰਸਨਲ ਲਾਈਫ ਤੇ ਜਾਣਾ ਹੀ ਨਹੀਂ ਚਾਹੀਦਾ, ਪਰਸਨਲ ਲਾਈਫ ਮੇਰੀ ਇੱਕ ਤੁਹਾਨੂੰ ਇੰਜ ਲੱਗਦਾ ਨਹੀਂ ਪਿਆ ਵੀ ਮੇਰੇ ਖਿਆਲ ਸਾਰੇ ਪ੍ਰਚਾਰਕ ਤੁਹਾਡੇ ਹੱਕ 'ਚ ਆ ਗਏ? ਉਹ ਕਾਰਨ ਇਹ ਵੀ ਬਣ ਗਿਆ ਵੀ ਜਿਹਨਾਂ ਦੀ ਪ੍ਰਚਾਰਕਾਂ ਨਾਲ ਲਾਕਡਾਊਨ ਸੀ ਉਹਨਾਂ ਸੋਚਿਆ ਵੀ ਇਹ ਨਾਨਕਸ਼ਾਹੀ ਕੈਲੰਡਰ ਦੇ ਉੱਪਰ ਅੜ ਗਏ ਹਨਾ, ਆਪਾਂ ਕਿਉਂ ਨਾ, ਉਹ ਤੁਹਾਨੂੰ ਲੱਗਦਾ ਨਹੀਂ ਕਿ ਪ੍ਰਚਾਰਕਾਂ ਨਾਲ ਜਿਹੜੀ ਦੁਸ਼ਮਣੀ ਸੀ ਉਹ ਵੀ ਕੈਲੰਡਰ ਤੇ ਨਿਕਲ ਗਈ? ਜਿੱਤ ਹੋ ਜਾਏਗੀ। ਦੇਖੋ ਜੀ ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਮੀਟਿੰਗ ਵਿੱਚ ਕਿਹਾ ਸੀ ਇਹ ਕੈਲੰਡਰ ਗੁਰਬਾਣੀ ਤੇ ਆਧਾਰਿਤ ਆ, ਇਹ ਕੈਲੰਡਰ ਸਾਇੰਸ ਤੇ ਟੈਕਨੀਕਲੀ ਪਰਫੈਕਟ ਆ, ਤੇ ਇਹ ਇਸ ਨੇ ਲਾਗੂ ਹੋਣਾ ਹੀ ਆ, 10 ਸਾਲਾਂ ਨੂੰ ਹੋ ਜਾਵੇ, 15 ਨੂੰ, ਕਰ ਲਓ ਜਦੋਂ ਮਰਜ਼ੀ ਹੁਣ ਕਰ ਲਓ, ਕਿਉਂਕਿ ਇਹ ਜਿਹੜਾ ਆਈਡੀਆ ਆ ਜੋ ਕੁਛ ਇਸ ਦੇ ਪਿੱਛੇ ਆ ਉਹ ਵਿਦਵਾਨ ਤੇ ਹੋਰ ਮੈਜੋਰਿਟੀ ਸੰਗਤ ਐਕਸੈਪਟ ਕਰਦੀ ਵੀ ਆਈਡੀਆ ਠੀਕ। ਲੌਜੀਕਲੀ ਗੱਲ ਸੁਣਨੀ ਸੁਣਨੀ ਲੋਕ ਗੱਲ ਆ, ਅੱਜ ਨਾ ਸੁਣਨਗੇ 10 ਸਾਲ ਬਾਅਦ ਸੁਣ ਲੈਣ। ਬਿਲਕੁਲ ਜੇ ਕੋਈ ਕਹਿੰਦਾ ਹੁੰਦਾ ਸੀ ਵੀ ਨਹੀਂ
ਧਰਤੀ ਸੂਰਜ ਦਾਲੇ ਨਹੀਂ ਘੁੰਮਦੀ, ਸੂਰਜ ਧਰਤੀ ਦੇ ਦਾਲੇ ਘੁੰਮਦਾ। ਉਹ ਹਜ਼ਾਰਾਂ ਸਾਲਾਂ ਬਾਅਦ ਜਦੋਂ ਗੱਲ ਹੋਈ, ਦੇਸ਼ਾਂ ਨੇ ਵੀ ਮਾਫ਼ੀ ਮੰਗੀ, ਦੁਨੀਆਂ ਨੇ ਉਸ ਗੱਲ ਨੂੰ ਕਬੂਲਿਆ। ਸੋ ਇਹ ਤਾਂ ਚਲੋ ਲਾਗੂ ਹੋਏਗਾ। ਇੱਕ ਹੋਰ ਚੀਜ਼ ਦੱਸੋ, ਜਿਵੇਂ ਤੁਸੀਂ ਕਾਨੂੰ ਪੇਲੇ ਦਾ ਜ਼ਿਕਰ ਕੀਤਾ ਜਾਂ ਹੋਰਾਂ ਵਿਦਵਾਨਾਂ ਦਾ ਜ਼ਿਕਰ ਕੀਤਾ, ਤੁਸੀਂ ਦੱਸਿਆ ਵੀ ਮਦਰਾਸ ਸਰਕਾਰ ਨੇ ਗ੍ਰਾਂਟ ਦੇ ਕੇ ਉਹ ਲਿਖਵਾਇਆ, ਨਾਲ ਉਹਨੂੰ ਬੰਦੇ ਦਿੱਤੇ। ਹੁਣ ਸਰਕਾਰਾਂ ਦੇਖੋ ਆਪਣੇ ਹਿੰਦੂ ਕੈਲੰਡਰ ਵਾਸਤੇ ਕਿੰਨੀ ਮਿਹਨਤ ਕਰਦੀਆਂ ਨੇ ਵੀ ਸਾਡਾ ਜਿਹੜਾ ਹਿੰਦੂ ਕੈਲੰਡਰ ਉਹ ਆਵੇ, ਉਹਦੇ ਗ੍ਰਾਂਟ ਦੇਣਾ, ਸਰਕਾਰੀ ਤੌਰ ਤੇ ਛਪਣਾ, ਬੰਦੇ ਦੇਣੇ। ਤੁਹਾਨੂੰ ਜਦੋਂ ਤੁਸੀਂ ਆਪਣੀ ਕੌਮ ਦਾ ਕੈਲੰਡਰ ਦੇਖ ਰਹੇ ਸੀ, ਮੇਰੇ ਇੱਕ ਇੱਕ ਸਵਾਲ ਦਾ ਜਵਾਬ ਚਾਹੀਦਾ ਮੈਨੂੰ, ਕਿਸੇ ਸਰਕਾਰ ਨੇ ਤੁਹਾਡੀ ਮਦਦ ਕੀਤੀ? ਨਹੀਂ ਜੀ, ਬਿਲਕੁਲ ਨਹੀਂ। ਸਰਕਾਰ ਕੋਲ ਨਾ SGPC ਦਿੱਲੀ ਕਮੇਟੀ ਨੇ ਮਦਦ ਕੀਤੀ? ਦੇਖੋ ਜੀ, ਨਾ ਮੈਂ ਇਹਨਾਂ ਕੋਲ ਕਿਸੇ ਕੋਲ ਗਿਆ ਮਦਦ ਲਈ, ਨਾ ਮੈਂ ਜਾਣਾ ਸੀਗਾ ਕਿ ਗੁਰੂ ਮਹਾਰਾਜ ਦੀ ਕਿਰਪਾ ਇਹ ਸੀ ਵੀ ਮੈਂ ਆਪਣੇ ਆਪ ਆਪਣੇ ਕਿਰਾਏ ਖਰਚ ਕਰ ਸਕਦਾ ਸੀਗਾ ਅਤੇ ਮੀਟਿੰਗਾਂ ਦੇ ਵਿੱਚ ਮੈਂ ਗਿਆ ਸਾਰਾ ਅਤੇ ਕਿਸੇ ਨਾ ਕਦੇ ਮੈਂ ਕਿਸੇ ਤੋਂ ਮੰਗਿਆ ਹਾਂਜੀ। ਜਦੋਂ ਇਹ ਕੰਮ ਚੱਲ ਰਿਹਾ ਸੀਗਾ ਤਾਂ ਇੱਕ ਵਾਰੀ ਬੀਬੀ ਜਗੀਰ ਕੌਰ ਨੇ ਮਤਾ ਪਾਸ ਕੀਤਾ ਕਿ ਇਸ ਸਾਲ ਦਾ ਕਿਰਾਇਆ ਪੂਰੇ ਵੱਲ ਨੂੰ 46,000 ਰੁਪਈਆ ਦਿੱਤਾ ਜਾਵੇ, ਅਤੇ ਉਹ ਮੈਂ ਹਜੇ ਤਾਂ ਨਹੀਂ ਲਿਆ SGPC ਤੋਂ, ਹਜੇ ਤੱਕ ਨਹੀਂ ਲਿਆ ਮਤਾ ਪਾਸ। ਅਤੇ ਜਿਹੜੇ ਕਹਿੰਦੇ ਆ ਕਿ ਪੂਰੇ ਵੱਲ ਪੈਸੇ ਖਾ ਗਏ, ਉਹ ਕਿੱਥੋਂ ਪੈਸੇ ਖਾਦੇ? ਉਹਨਾਂ ਨੂੰ ਕੀ ਪਤਾ, ਮੈਂ ਤਾਂ ਆਪਣੇ ਕੋਲੋਂ ਸਾਰੇ ਖਰਚੇ ਕਰਦਾ ਰਿਹਾ। ਫਿਰ ਦੂਜੇ ਇੱਕ ਆਪਣਾ ਤੁਹਾਨੂੰ ਪਤਾ ਦਿੱਲੀ ਸਰਨਾ ਸਾਹਿਬ ਨੇ ਕਰਵਾਇਆ ਸੀਗਾ ਵਰਲਡ ਸਿੱਖ ਸੰਮੇਲਨ, ਉੱਥੇ ਕਰਾਇਆ ਸੀ, ਮੈਨੂੰ ਉਹਨਾਂ ਨੇ ਉੱਥੇ ਸੱਦਿਆ ਸੀਗਾ ਅਤੇ ਮੈਨੂੰ ਉਹਨਾਂ ਨੇ ਕਿਰਾਇਆ 50,000 ਰੁਪਈਆ ਦਿੱਤਾ। ਉਹ ਦਿੱਤਾ ਇੱਦਾਂ, ਮੈਂ ਕਿਹਾ ਵੀ ਮੈਂ ਨਹੀਂ ਜੀ ਲੈਣਾ, ਤੁਸੀਂ ਇਹ 50,000 ਦਾ ਚੈੱਕ ਸਾਡੇ ਪਿੰਡ ਦੇ ਗੁਰਦੁਆਰੇ ਦੇ ਨਾਂ 'ਤੇ ਕੱਟ ਦਿਓ। ਹਾਂ, ਮੈਂ ਉਹ ਚੈੱਕ ਜਿਹੜਾ ਸਾਡਾ ਸ਼ੰਕਰ ਪਿੰਡ ਉਸ ਗੁਰੂ ਘਰ ਨੂੰ ਦੇ ਦਿੱਤਾ। ਸੋ ਤੁਸੀਂ ਹੁਣ ਆਪੇ ਦੇਖ ਲਓ ਵੀ ਮੈਂ ਕਿੰਨੇ ਕੁ ਪੈਸੇ ਕਰਦੇ ਆ ਜਾਂ ਕਿੰਨੇ ਕਿਸੇ ਤੋਂ ਲਏ ਆ। ਇਹ ਤਾਂ ਲੋਕਾਂ ਦੀ ਕਿਸੇ ਨੇ ਜ਼ਬਾਨ ਫੜਨੀ ਆ, ਜੋ ਕੁਛ ਮੂੰਹ ਆਉਂਦਾ ਕਹਿੰਦੇ ਆ ਕੈਲੰਡਰ ਬਾਰੇ। ਇਹਨਾਂ ਦਾ ਲੋਕਾਂ ਦੀ ਦੁੱਖ ਨਹੀਂ ਲੱਗਿਆ ਵੀ ਤੁਸੀਂ 60 ਸਾਲ ਮਿਹਨਤ ਕਰਕੇ ਕੌਮ ਨੂੰ ਇੱਕ ਨਵੇਕਲੀ ਚੀਜ਼ ਦਿੱਤੀ ਤੇ ਕੁਛ ਲੋਕਾਂ ਨੇ ਉਹਦੇ ਵਿੱਚ ਅੜਿੱਕਾ ਪਾ ਕੇ ਉਸ ਚੀਜ਼ ਨੂੰ ਪਾਸੇ ਕਰ ਦਿੱਤਾ? ਕਦੀ ਪਰੇਸ਼ਾਨ ਹੋਏ ਹੋ? ਨਹੀਂ, ਬਿਲਕੁਲ ਨਹੀਂ। ਕਿਉਂ? ਮੈਂ ਕਿਉਂਕਿ ਮੈਂ ਆਸ਼ਾਵਾਦੀ ਹਾਂ, ਮੈਂ ਇਸ ਗੱਲ ਨੂੰ ਬਿਲੀਵ ਕਰਦਾ ਹਾਂ ਵੀ ਤੁਸੀਂ ਆਪਣਾ ਕੰਮ ਕਰੋ ਅਤੇ ਤੁਰਦੇ ਹੋਵੋ। ਹਾਂਜੀ, ਪਰ ਬਾਪੂ ਜੀ ਤੁਹਾਡੀ ਗੱਲ ਠੀਕ ਹੈ, ਪਰ ਜਦੋਂ ਕੋਈ ਬੰਦਾ ਥੋੜੀ ਜਿਹੀ ਵਿਮੇਨ, ਮੈਂ ਕਹਿੰਦਾ ਬੀਬੀ ਪ੍ਰਸ਼ਾਦਾ ਵੀ ਤਿਆਰ ਕਰਦੀ ਹੈ, ਸਾਡੀਆਂ ਭੈਣਾਂ ਬੜੀਆਂ ਸੁਣ ਰਹੀਆਂ ਨੇ, ਔਰ ਐਡਮਿੰਟਨ ਦੀਆਂ ਭੈਣਾਂ ਨੇ ਜ਼ੋਰ ਰਲਾ ਕੇ ਤੁਹਾਡੇ ਕੋਲ ਭੇਜਿਆ ਵੀ ਮਾਖੂ ਜੀ ਤੁਸੀਂ ਆਏ ਹੋ ਵੀ ਪ੍ਰਚਾਰਕ ਸਾਡੇ ਕੋਲ ਹੋਰ ਵੀ ਆਉਂਦੇ ਨੇ, ਪਰ ਤੁਸੀਂ ਇੰਟਰਵਿਊ ਵੀ ਕਰਦੇ ਹੋ, ਤੁਸੀਂ ਇੱਕ ਕੰਮ ਖਿੱਚ ਸਕਦੇ ਹੋ, ਹੈ ਨਾ? ਇੱਕ ਬੀਬੀ ਪ੍ਰਸ਼ਾਦਾ ਵੀ ਬਣਾਉਂਦੀ ਹੈ ਨਾ, ਤੇ ਜੇ ਕਿਤੇ ਉਹਦਾ ਘਰ ਵਾਲਾ ਇਹ ਗੱਲ ਕਹਿ ਦੇ ਵੀ ਗੱਲ ਨਹੀਂ ਬਣੀ, ਉਹ ਕਹਿੰਦੀ ਮੈਂ 2 ਘੰਟੇ ਲਾ ਕੇ ਤਿਆਰ ਕੀਤਾ ਤੇ ਤੁਹਾਡੇ ਵਾਸਤੇ ਗੱਲ ਹੀ ਨਹੀਂ ਬਣੀ, ਦੁੱਖ ਲੱਗਦਾ ਨਾ? ਇੱਥੇ 2 ਘੰਟੇ ਨਹੀਂ ਲੱਗੇ ਤੇ 60 ਸਾਲ ਲੱਗੇ ਆ। ਦੇਖੋ ਇਹ ਇੱਕ ਆਪ ਜੀ ਨੂੰ ਪਤਾ ਹੈ ਵੀ ਜੋ ਕੁਛ ਮੈਂ ਕਿਤਾਬਾਂ ਜਿੰਨੀਆਂ ਸਟੱਡੀ ਕੀਤੀਆਂ, ਜਿਹੜੀਆਂ ਇਹਨਾਂ ਦੇ ਗਣਿਤ ਮਾਸਟਰ ਕੀਤੀ ਆ, ਇਹ ਕੋਈ ਸਿੰਪਲ ਕੰਮ ਨਹੀਂ ਸੀਗਾ, ਕਿਉਂ ਔਰ ਇਹ ਨੈਸੇਸਰੀ ਸੀ, ਜ਼ਰੂਰੀ ਸੀ ਨਾਨਕ ਸ਼ਾਹੀ ਕੈਲੰਡਰ ਤੋਂ ਪਹਿਲਾਂ ਜਾਂ ਡੇਟਾਂ ਵਗੈਰਾ ਦਾ ਜਿਹੜਾ ਕਰਨਾ ਸੀਗਾ। ਅਜੇ ਇੱਕ ਅੱਧੀ ਡੇਟ ਜੇ ਕਹੋ ਤਾਂ ਮੈਂ ਤੁਹਾਨੂੰ ਜਿਹੜੀ ਗੱਲ ਆਪਣੇ ਪ੍ਰਿੰਸੀਪਲ ਸਤਵੀਰ ਸਿੰਘ ਉਹਨਾਂ ਨਾਲ ਹੋਈ ਸੀ ਉਹ। ਪਰ ਇੱਕ ਚੀਜ਼ ਦੱਸੋ, ਜਿਵੇਂ ਹੁਣ ਮੈਂ, ਮੇਰਾ ਸਵਾਲ ਅਜੇ ਕੰਪਲੀਟ ਨਹੀਂ ਹੋਇਆ ਜੀ, ਦੱਸੋ ਤੁਸੀਂ ਕਿਹਾ ਮੈਂ ਆਸ਼ਾਵਾਦੀ ਹਾਂ, ਹੈ ਨਾ? ਹਾਂਜੀ, ਪਰ ਹਰ ਬੰਦੇ ਦੀ ਇੱਕ ਇੱਛਾ ਹੁੰਦੀ ਵੀ ਦੁਨੀਆਂ ਤੇ ਜਾਣ ਤੋਂ ਪਹਿਲਾਂ, ਮੈਂ ਤੇ ਅਰਦਾਸ ਕਰਦਾ ਤੁਹਾਡੀ ਬਹੁਤ ਲੰਬੀ ਉਮਰ ਹੋਵੇ, ਕਿਉਂਕਿ ਤੁਸੀਂ ਜੋ ਕੰਮ ਕੀਤਾ ਆ ਇਹ ਬਹੁਤ ਨਵੇਕਲਾ ਕੰਮ ਹੈ ਔਰ ਇੰਨੀ ਮਿਹਨਤ ਦਾ ਕੰਮ ਹੈ। ਆਹ ਬੁੱਕਸ ਘੱਟੋ ਘੱਟ ਹਜ਼ਾਰਾਂ ਬੁੱਕਸ ਪੜ੍ਹਨ ਤੋਂ ਬਾਅਦ ਇੰਨਾ ਦਿਮਾਗ ਲਾ ਕੇ ਉਹ ਚੀਜ਼ ਤਿਆਰ ਕੀਤੀ ਹੈ, ਹੈ ਨਾ? ਤੁਹਾਡਾ ਦਿਲ ਕਦੀ ਕਦੀ ਕਰਦਾ ਕਿ ਮੈਂ ਦੁਨੀਆਂ ਤੇ ਜਾਣ ਤੋਂ ਪਹਿਲਾਂ ਉਹ ਚੀਜ਼ ਲਾਗੂ ਹੁੰਦੀ ਵੇਖ ਜਾਵਾਂ? ਦੇਖੋ ਜੀ, ਮੈਂ ਤਾਂ ਦੇਖ ਲਈ ਆ 2003 ਦੇ ਵਿੱਚ, 2003 ਦੇ ਵਿੱਚ ਜਿਸ ਵੇਲੇ ਕੈਲੰਡਰ ਅਕਾਲ ਤਖ਼ਤ ਸਾਹਿਬ ਤੋਂ ਪਾਸ ਹੋਇਆ ਦੁਬਾਰਾ ਵੱਡੀ ਮੀਟਿੰਗ ਦੇ ਵਿੱਚ, ਅਤੇ ਤਕਰੀਬਨ ਉੱਥੇ ਮੇਰਾ ਖਿਆਲ ਆ 100-150 ਜ਼ਰੂਰ ਹੋਣਗੇ ਸੱਜਣ, ਆਪਣੇ ਸੰਗਤ ਉੱਥੇ ਹਾਜ਼ਰ ਹੋਊਗੀ। ਅਤੇ ਜਿਸ ਵੇਲੇ 2 ਵਿਰੋਧੀਆਂ ਨੇ ਮੇਰੇ ਤੋਂ ਸਵਾਲ ਉਠਾਲੇ ਉੱਥੇ ਦੋਹਾਂ ਵਿਰੋਧੀਆਂ ਦਾ ਮੈਂ ਸਾਰਿਆਂ ਦੇ ਸਾਹਮਣੇ ਜਵਾਬ ਦਿੱਤਾ, ਅਤੇ ਉਹ ਮੈਂ ਸ਼ਾਇਦ ਅੱਗੇ ਤੁਹਾਡੇ ਨਾਲ ਸਾਂਝਾ ਕਰ ਚੁੱਕਾ ਜੀ। ਪਰ ਇੱਕ ਸੈਕਿੰਡ, ਤੁਸੀਂ ਜਿਸ ਵੇਲੇ ਉੱਥੇ ਫਿਰ ਜੈਕਾਰਿਆਂ ਦੇ ਨਾਲ ਕੈਲੰਡਰ ਜਿਹੜਾ ਪਾਸ ਹੋਇਆ ਅਤੇ ਮੇਰੇ ਘਰੋਂ ਵੀ ਉੱਥੇ ਸੀ, ਤਾਂ ਇਹਦੀਆਂ ਦੀਆਂ ਅੱਖਾਂ 'ਚੋਂ ਪਾਣੀ ਵਗ ਗਿਆ। ਓਕੇ, ਖੁਸ਼ੀ ਸੀ, ਖੁਸ਼ੀ ਤਾਂ ਹੁੰਦੀ ਹੈ ਮੈਨੂੰ, ਜੇ ਕੰਮ ਉਸ ਵੇਲੇ ਉਹ ਕਾਮਯਾਬੀ ਦਾ ਸਿਖਰ ਸੀ ਉਸ ਉਹ ਤਾਂ ਮੂਮੈਂਟ ਜਿਹੜਾ
ਸਦਾ ਮੇਰੇ ਲਈ ਜ਼ਿੰਦਗੀ 'ਚ ਯਾਦ ਰਹਿਣ ਵਾਲਾ ਆ। ਭਾਵੇਂ ਇਹਨਾਂ ਨੇ ਬਾਅਦ 'ਚ ਜੋ ਕੁਛ ਕੀਤਾ ਉਹ ਸਾਰੀ ਦੁਨੀਆ ਨੂੰ ਪਤਾ ਹੈ ਕਿ ਪੋਲੀਟਿਕਸ ਕੈਲੰਡਰ ਨੂੰ ਪੋਲੀਟਿਕਸ ਦਾ ਅਖਾੜਾ, ਵੋਟਾਂ ਦਾ ਅਖਾੜਾ ਬਣਾਇਆ ਅਤੇ ਵੋਟਾਂ ਦੇ ਮੰਦਰ 'ਤੇ ਇਹਦੀ ਬਲੀ ਦਿੱਤੀ ਗਈ। ਹੁਣ ਤੁਸੀਂ ਇਹ ਦੱਸੋ, ਹਾਂ ਬੜਾ ਸੋਹਣਾ ਵਰਡ ਯੂਜ਼ ਕੀਤਾ, ਵੋਟਾਂ ਦੇ ਮੰਦਰ ਦੇ ਵਿੱਚ ਨਾਨਕ ਸ਼ਾਹ ਕੈਲੰਡਰ ਦੀ ਬਲੀ, ਬਿਲਕੁਲ ਹਾਂਜੀ, ਸ਼ਬਦਾਂ ਦੇ ਵੀ ਭੰਡਾਰ ਹੋ। ਹਾਂਜੀ, ਇੱਕ ਹੋਰ ਜਾਣਕਾਰੀ ਦਿਓ, ਤੁਸੀਂ ਕੈਲੰਡਰ ਲਾਗੂ ਹੁੰਦਾ ਦੇਖਿਆ, ਤੁਸੀਂ ਦੱਸਿਆ ਮੈਨੂੰ ਬਹੁਤ ਸਕੂਨ ਮਿਲਿਆ, ਤੇ ਜਿੱਦਣ ਕੈਲੰਡਰ ਨੂੰ ਖਤਮ ਕੀਤਾ ਗਿਆ ਉਹਦੇ ਕੀ ਮਹਿਸੂਸ ਹੋਇਆ? ਦੇਖੋ, ਮੈਂ ਪਹਿਲਾਂ ਕਹਿ ਚੁੱਕਿਆ ਮੈਂ ਦੂਜੇ ਜਿਹੜੇ ਸੱਜਣ ਵਿਰੋਧੀ ਆ ਉਹਨਾਂ 'ਤੇ ਮੈਂ ਹੱਸ ਪੈਂਦਾ ਹੁੰਦਾ ਵੀ ਇਹ ਦੇਖੋ ਕੀ ਕਰ ਰਹੇ ਆ, ਇਹ ਕਰਕੇ ਮੇਰੇ ਹੋਰ ਜੇ ਇਹਨੂੰ ਵੱਧ ਜ਼ਿਆਦਾ ਮੇਰੀ ਇਮੋਸ਼ਨ ਨਹੀਂ, ਮੈਂ ਅਪਸੈਟ ਨਹੀਂ ਹੁੰਦਾ, ਕੁਦਰਤੀ ਇਹ ਮੇਰੇ ਸਮਝ ਲਓ ਮੁੜ ਤੋਂ ਹੀ ਇਹ ਜੀਵਨ ਦਾ। ਨਾਨਕ ਸ਼ਾਹੀ ਕੈਲੰਡਰ ਤੁਸੀਂ ਤਿਆਰ ਕਰ ਦਿੱਤਾ ਕਈ ਸਾਲ ਪਹਿਲਾਂ, ਉਸ ਤੋਂ ਬਾਅਦ ਇਸ 'ਤੇ ਕੀ ਵਰਕ ਕੀਤਾ? ਅੱਜ 2019 ਹੈ, 2003 ਤੋਂ ਬਾਅਦ, 2003 ਵੀ ਨਹੀਂ, 1992 ਵਿੱਚ ਤੁਸੀਂ ਕੰਮ ਕੰਪਲੀਟ ਕਰਤਾ ਸੀ? ਨਹੀਂ, 1991-92 ਵਿੱਚ ਤਾਂ ਮੈਂ ਲਈ ਫਿਰਦਾ ਸੀ ਅਜੇ ਵੀ ਆਹ ਸਾਨੂੰ ਚਾਹੀਦਾ ਆ ਕੈਲੰਡਰ ਚਾਹੀਦਾ, ਜਿਵੇਂ ਆਪਣੇ ਪ੍ਰਿੰਸੀਪਲ ਸਤਵੀਰ ਸਿੰਘ ਉਹਨਾਂ ਨਾਲ 2 ਵਾਰ ਮੁਲਾਕਾਤਾਂ ਹੋਈਆਂ, ਆਹ ਦੋਨੋਂ ਡਾਇਰੀਆਂ ਉਹਨਾਂ ਦੇ ਦਸਖਤਾਂ ਨਾਲ ਮੇਰੇ ਕੋਲ ਮੌਜੂਦ ਆ, 91 ਵਾਲੀ ਵੀ ਅਤੇ 92 ਵਾਲੀ ਵੀ, ਆਹ ਦੋਨੋਂ ਡਾਇਰੀਆਂ ਸ਼੍ਰੋਮਣੀ ਕਮੇਟੀ ਦੀਆਂ ਛਾਪੀ ਹੋਈਆਂ। ਅਤੇ ਉਦੋਂ ਤੋਂ ਲੈ ਕੇ ਹੁਣ ਤਾਂ ਮੈਂ ਤਾਂ ਬਿਜ਼ੀ ਰਿਹਾ, ਪਿਛਲੇ ਕਈ ਸਾਲ ਕਿੰਨੇ ਆ ਗੁਰੂ ਘਰਾਂ ਦੇ ਵਿੱਚ ਮੈਨੂੰ ਇਨਵੀਟੇਸ਼ਨਸ ਆਈਆਂ, ਆਸਟ੍ਰੇਲੀਆ ਮੈਂ 2 ਵਾਰੀ ਗਿਆ, ਨਿਊਜ਼ੀਲੈਂਡ 2 ਵਾਰੀ ਗਿਆ, ਆਪਣੇ ਨੋਰਵੇ ਮੈਂ 1 ਵਾਰੀ ਗਿਆ ਹਾਂ, ਜਰਮਨੀ ਗਿਆ ਹਾਂ, ਆਪਣੇ US ਦੇ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਗਿਆ, ਸੰਗਤਾਂ ਦੇ ਸੱਦੇ 'ਤੇ, ਅਤੇ ਸੰਗਤਾਂ ਵੱਲੋਂ ਬਹੁਤ ਉਤਸ਼ਾਹ ਆ, ਸੰਗਤਾਂ ਵੱਲੋਂ ਰਿਸਪੋਂਸ ਆਇਆ, ਪ੍ਰਚਾਰਕਾਂ ਵੱਲੋਂ ਆਇਆ, ਕੁਝ ਸਿਆਣੀਆਂ ਸੂਝਵਾਨ ਜਥੇਬੰਦੀਆਂ ਵੱਲੋਂ ਆਇਆ, ਸਰਦਾਰ ਸਿਮਰਜੀਤ ਸਿੰਘ ਮਾਨ ਨੇ ਵੀ ਤੁਹਾਡੇ ਹੱਕ ਦੇ ਵਿੱਚ ਬੋਲਿਆ, ਬਿਲਕੁਲ, ਤੁਸੀਂ ਕੈਲਗਰੀ ਮੇਰੇ ਖਿਆਲ ਉਹਨਾਂ ਨੂੰ ਇਸ ਮੈਟਰ ਦੇ ਉੱਪਰ ਮਿਲੇ ਵੀ ਸੀ, ਮੈਂ ਮਿਲਿਆ ਵੀ ਸੀ, ਜਿਹੜੀ ਗੱਲ ਉਹਨਾਂ ਕਹੀ ਸੀ ਉਹ ਵੀ ਮੈਂ ਤੁਹਾਡੇ ਨਾਲ ਅੱਗੇ ਖਰਿਆ ਸਾਂਝੀ ਕੀਤੀ ਪ੍ਰੋਗਰਾਮ 'ਚ, ਨਹੀਂ ਤਾਂ ਉਹ ਤਾਂ ਸਾਂਝੀ ਕਰ ਲੈਂਦਾ, ਉਹ ਸਾਂਝੀ ਕਰੋ ਜੀ। ਮਾਨ ਸਾਹਿਬ ਕਹਿੰਦੇ ਪੂਰੇਵਾਲ ਸਾਹਿਬ ਸਾਨੂੰ ਕੈਲੰਡਰ ਬਾਰੇ ਤਾਂ ਬਾਹਲਾ ਇਲਮ ਹੈ ਨਹੀਂ, ਪਰ ਅਸੀਂ ਕੈਲੰਡਰ ਦੀ ਬਹੁਤ ਸਪੋਰਟ ਕੀਤੀ ਆ। ਉਹਦਾ ਕਾਰਨ ਇਹ ਆ ਵੀ ਜਦੋਂ BJP ਨੇ ਕੈਲੰਡਰ ਦੇ ਖਿਲਾਫ਼ ਬਿਆਨ ਦਿੱਤੇ ਤਾਂ ਅਸੀਂ ਸਮਝਿਆ ਵੀ ਇਹ ਗੱਲ ਸਿੱਖ ਕੌਮ ਲਈ ਚੰਗੀ ਹੋਣੀ ਆ। ਓਕੇ ਹਾਂਜੀ, ਫਿਰ ਵੀ ਇੱਕ ਐਂਗਲ ਤੋਂ ਉਹਨਾਂ ਨੇ ਬਹੁਤ ਡੂੰਘੀ ਗੱਲ ਦਾ ਮਜ਼ਾ ਲਿਆ। ਹਾਂਜੀ, ਓਕੇ, ਪਰ ਤੁਸੀਂ 2003 ਦੇ ਵਿੱਚ ਕੰਪਲੀਟ ਕਰਕੇ ਕੌਮ ਦੀ ਝੋਲੀ ਪਾਤਾ, ਇਹ ਵੋਟਾਂ ਦੇ ਮੰਦਰ ਵਿੱਚ ਬਲੀ ਹੋ ਗਈ, ਨਾਨਕ ਸ਼ਾਹ ਕੈਲੰਡਰ ਦਾ ਕਤਲ ਹੋ ਗਿਆ, ਤੁਸੀਂ ਦੱਸਿਆ ਵੀ ਮੈਂ ਹੱਸ ਪੈਣਾ ਹੁੰਦਾ, ਮੈਂ ਇਸ ਤੋਂ ਵੱਧ ਦਿਲ ਤੇ ਨਹੀਂ ਲਾਉਂਦਾ। 2003 ਤੋਂ 2019 ਤੱਕ ਕਰੀਬ ਲੰਮਾ ਸਮਾਂ ਬਣਦਾ, 16 ਸਾਲਾਂ ਦਾ ਸਮਾਂ ਬਣਦਾ, ਨਹੀਂ ਜ਼ਿਆਦਾ ਹੀ ਬਣਦਾ ਆ, ਚਲੋ ਠੀਕ ਹੈ। ਉਸ ਦੇ ਦੌਰਾਨ ਤੁਹਾਨੂੰ ਆਪਣੇ ਕੈਲੰਡਰ ਦੇ ਵਿੱਚ ਕੋਈ ਐਸੀ ਚੀਜ਼ ਨਹੀਂ ਲੱਗੀ ਵੀ ਆ ਊਣ ਤਾਈ ਹੈ? ਨਹੀਂ ਜੀ, ਨਹੀਂ, ਬਿਲਕੁਲ ਨਹੀਂ, ਊਣ ਤਾਈ। ਦੇਖੋ ਜਿਹੜੀ ਇਹ ਜਿਹੜੀ ਗੋਰਿਆਂ ਦਾ ਕੈਲੰਡਰ ਆ ਉਸ ਦੇ ਵਿੱਚ 3300 ਸਾਲ ਦੇ ਵਿੱਚ ਇੱਕ ਦਿਨ ਦਾ ਫਰਕ ਪੈਂਦਾ ਆ। ਅੱਛਾ, ਉਸ ਕੈਲੰਡਰ ਨੂੰ ਜਿਸ ਵੇਲੇ 3200 ਸਨ ਆ ਗਿਆ ਜਾਂ 4000 ਆ ਗਿਆ ਉਦੋਂ ਉਹਨਾਂ ਨੇ ਜਿਹੜੀ ਫਰਵਰੀ ਲੀਪ ਦੀ ਹੋਣੀ ਆ ਉਹ ਨਹੀਂ ਰੱਖਣੀ ਲੀਪ ਦੀ, ਤਾਂ 28 ਦਿਨਾਂ ਦੀ ਰਹਿ ਜਾਊਗੀ। ਉਹ ਇੱਕ ਦਿਨ ਦੇ ਇਸ ਤਰ੍ਹਾਂ ਫੱਗਣ ਦਾ ਹੋ ਜਾਏਗਾ ਆਪਣਾ, ਇੱਕ ਦਿਨ ਆਪਣਾ ਫੱਗਣ ਦਾ ਜਿਹੜਾ ਆਟੋਮੈਟਿਕਲੀ ਜਿਹੜਾ ਲੀਪ ਦਾ ਹੋਣਾ ਸੀ ਨਹੀਂ ਹੋਊਗਾ। ਇਹਦਾ ਮਤਲਬ ਤੁਸੀਂ ਆਪਾਂ ਕਹਿ ਸਕਦੇ ਹਾਂ ਵੀ ਘੱਟੋ ਘੱਟ 1 ਲੱਖ ਸਾਲ ਤੱਕ, ਹਾਂਜੀ, ਆਪਣਾ ਕੋਈ ਫਰਕ ਨਹੀਂ ਪਏਗਾ, ਇਹ ਇਸੇ ਤਰ੍ਹਾਂ ਹੀ ਚੱਲੂਗਾ। 1 ਲੱਖ ਸਾਲ ਤੱਕ ਰੁੱਤਾਂ ਵੀ ਇਹ ਆਉਣਗੀਆਂ, ਹਾਂਜੀ, 1 ਲੱਖ ਸਾਲ ਤੱਕ ਨਾ ਮੇਰੇ ਹੁਣ ਇੱਕ ਇੱਕ ਪੁਆਇੰਟ ਦਾ ਜਵਾਬ ਦਿਓ, ਕਿਉਂਕਿ ਮੈਨੂੰ ਵੀ ਫੇਥ ਕਰਦੀ ਹੈ ਬਿਲਕੁਲ ਵੀ ਮਖੂ ਜੀ ਗਏ ਹੈ ਕੁਛ ਸਾਡੀ ਝੋਲੀ ਪਾਉਣਗੇ। ਹਾਂਜੀ, 1 ਸਾਲ ਤੱਕ, 1 ਲੱਖ ਸਾਲ ਤੱਕ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਉਹੀ ਡੇਟ 'ਤੇ ਆਵੇਗਾ, 5 ਜਨਵਰੀ 23 ਪੋ, ਪੱਕਾ ਹੀ ਪੱਕਾ, ਪੱਕਾ ਹੀ ਪੱਕਾ, ਕਿ 2010 ਤੋਂ ਜਦੋਂ ਇਹਨਾਂ ਨੇ ਕੈਲੰਡਰ ਚੇਂਜ ਕੀਤਾ, ਕਿਉਂਕਿ ਇਹਨਾਂ ਨੇ ਵਿਸਾਖੀ 'ਤੇ ਕੀਤਾ ਅਤੇ 10ਵੇਂ ਪਾਤਸ਼ਾਹ ਦਾ ਗੁਰਪੁਰਬ ਜਿਹੜਾ ਅਗਲੇ ਸਾਲ ਫਿਰ 2011 ਜਨਵਰੀ ਵਿੱਚ ਆਉਣਾ ਸੀ ਨਾ, 2011 ਤੋਂ ਲੈ ਕੇ ਹੁਣ ਤੱਕ ਕਦੇ ਵੀ 23 ਪੋਹ ਨੂੰ ਨਹੀਂ ਆਇਆ। ਇੱਕ ਵਾਰ ਵੀ 23 ਪੋਹ ਨੂੰ ਨਹੀਂ, ਜੇ ਬਿਕਰਮੀ ਦੇ ਮੁਤਾਬਕ ਦੇਖਿਆ ਜਾਵੇ, ਹਾਂ, ਇੱਕ ਵਾਰ ਵੀ 23 ਪੋਹ ਨੂੰ ਨਹੀਂ, ਤਾਂ 2011 ਤੋਂ ਬਾਅਦ, ਹਾਂਜੀ, 2011 ਤੋਂ ਲੈ ਕੇ ਹੁਣ ਤੱਕ, ਅਤੇ ਉਹ ਤਰੀਕਾ ਕਦੇ ਮਾਘ ਨੂੰ ਵੀ ਆਇਆ, ਮਾਘ ਦੇ ਜਦੋਂ ਮਾਘ ਦੀ ਸੰਗਰਾਂਦ ਤੋਂ ਮਗਰੋਂ ਉਹਨਾਂ ਦੀ ਪੋਹ ਸੁਦੀ 7ਵੀਂ ਆ ਜਾਵੇ ਅਤੇ ਮਾਘ ਦੀ ਤਰੀਕ ਵੀ ਆ ਜਾਂਦੀ ਹੈ,
ਅਤੇ ਨਾਨਕਸ਼ਾਹੀ ਕੈਲੰਡਰ ਵਿੱਚ 2003 ਤੋਂ ਲੈ ਕੇ ਗੁਰਪੁਰਬ ਜਦੋਂ ਮਨਾਇਆ ਗਿਆ 2010 ਤੱਕ, ਅਤੇ ਕਿਉਂਕਿ ਪਹਿਲੀ ਆ ਚਾਰ ਹੋਊ 7 ਸਾਲਾਂ ਦੇ ਵਿੱਚ, ਸਦਾ ਹੀ ਤੇਈ ਪੋਹ ਨੂੰ ਮਨਾਇਆ ਗਿਆ। ਇਹਦਾ ਮਤਲਬ ਵੀ ਜੇ ਨਾਨਕਸ਼ਾਹੀ ਕੈਲੰਡਰ ਲਾਗੂ ਹੋ ਜਾਂਦਾ ਤਾਂ ਕੌਮ 1 ਲੱਖ ਸਾਲ ਤੱਕ ਚਿੰਤਾ ਨਾ ਕਰੇ? ਨਾ ਬਿਲਕੁਲ, ਗੁਰਪੁਰਬ ਵੱਲ ਦੇਖਣ ਦੀ ਲੋੜ ਨਹੀਂ, ਪਰ ਉਹ 3 ਗੁਰਪੁਰਬ ਜਿਹੜੇ ਐਸੇ ਉਹਨਾਂ ਨੂੰ ਅਸੀਂ ਉਹ ਤੇ ਚਲੋ ਉਹ ਮਿਸਟੇਕ ਸਾਡੀ ਨਹੀਂ ਕਰ ਸਕਦੇ। ਹਾਂ ਉਹ ਮਿਸਟੇਕ ਸਾਡੀ ਆਪਦੀ ਰਹੀ ਹੈ ਨਾ। ਹਾਂਜੀ ਹਾਂ, ਉਹਦੇ ਵਿੱਚ ਨਾਨਕਸ਼ਾਹੀ ਕੈਲੰਡਰ ਦੀ ਮਿਸਟੇਕ ਨਹੀਂ ਹੈ। ਨਾ ਬਿਲਕੁਲ ਨਹੀਂ। ਬਾਪੂ ਜੀ, ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਕਰਦੇ ਹਾਂ, ਕਿਉਂਕਿ 86 ਸਾਲ ਦੀ ਉਮਰ ਦੇ ਵਿੱਚ ਇੱਕ ਇੱਕ ਸਵਾਲ ਦਾ ਜਵਾਬ ਦੇਣਾ, ਐਵੀਡੈਂਸ ਦੇਣੇ, ਬੁੱਕਸ ਦਾ ਚੇਤੇ ਰੱਖਣਾ ਬਹੁਤ ਵੱਡੀ ਗੱਲ ਹੈ। ਬਹੁਤ ਬਹੁਤ ਧੰਨਵਾਦ ਜੀ, ਤੁਹਾਡੇ ਤੇ ਕਿਰਪਾ ਕਿ ਤੁਸੀਂ ਅੱਜ ਵੀ ਇੱਕ ਇੱਕ ਕਿਤਾਬ ਦੇ ਵਿੱਚ ਆਹ ਲਿਖਿਆ, ਉਹਦੇ ਵਿੱਚ ਆਹ ਲਿਖਿਆ, ਉਹਦੇ ਵਿੱਚ ਇਸ ਤਰ੍ਹਾਂ ਉਹਦੀ ਆਹ ਮਿਸਟੇਕ ਹੈ, ਉਹ ਐਰਰ ਹੈ, ਉਹ ਚੀਜ਼ਾਂ ਦਾ ਖਿਆਲ ਰੱਖਦੇ ਹੋ। ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ, ਤੇ ਕੱਲ ਫਿਰ ਮੈਂ ਤੁਹਾਨੂੰ ਤੰਗ ਕਰਨ ਲਈ ਪਹੁੰਚ ਰਿਹਾ ਹਾਂ। ਤੁਸੀਂ ਜੀ ਆਇਆਂ ਨੂੰ ਤੰਗ ਨਹੀਂ, ਮੈਨੂੰ ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਜੀ। ਇਟ ਵਾਸ ਵੰਡਰਫੁਲ ਟਾਕਿੰਗ ਟੂ ਯੂ, ਆਈ ਇੰਜੋਇਡ ਇਟ, ਬਹੁਤ ਆਨੰਦ ਮਾਣਿਆ ਸਾਰੀ ਗੱਲਬਾਤ ਕਰਨ ਦਾ। ਤੇ ਜੇ ਕੋਈ ਮਾੜੀ ਮੋਟੀ ਕਿਤੇ ਸਲਿਪ ਹੋ ਗਈ ਹੋਵੇ ਮੈਂ ਦਰਸ਼ਕਾਂ ਤੋਂ ਤੇ ਤੁਹਾਤੋਂ ਵੀ, ਤੁਸੀਂ ਭਾਵੇਂ ਮੇਰੇ ਤੋਂ ਛੋਟੇ ਹੋ ਜੀ। ਹਾਂਜੀ, ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਜੀ। ਸੋ ਦਰਸ਼ਕੋ, ਇਹ ਸਨ ਬਾਪੂ ਪਾਲ ਸਿੰਘ ਪੁਰੇਵਾਲ, ਜਿਨ੍ਹਾਂ ਨੂੰ ਮਿਲ ਕੇ ਕਾਫੀ ਗੱਲਾਂ ਕਲੀਅਰ ਹੋਈਆਂ, ਕਿਉਂਕਿ ਸੁਣਨ ਦੇ ਵਿੱਚ ਕਈ ਵਾਰੀ ਵਿਰੋਧੀਆਂ ਨੇ ਕਈ ਤਰ੍ਹਾਂ ਦੇ ਪਰਸਨਲ ਲਾਈਫ ਦੇ ਉੱਪਰ ਸਵਾਲ ਚੁੱਕੇ, ਪਰ ਜਦੋਂ ਮੈਂ ਇਸ ਘਰ ਦੇ ਵਿੱਚ ਬੈਠਦਾ ਮੈਥੋਂ ਦੀ ਵਾਈਬ੍ਰੇਸ਼ਨ ਮੈਨੂੰ ਬੜੀ ਚੰਗੀ ਲੱਗਦੀ ਹੈ। ਸਤਿਕਾਰਯੋਗ ਮਾਤਾ ਜੀ ਸਾਡੇ ਲੰਗਰ ਪ੍ਰਾਣੀ ਦਾ ਪ੍ਰਬੰਧ ਕਰਦੇ ਹੁੰਦੇ ਨੇ, ਸਤਿਕਾਰਯੋਗ ਸਾਡੇ ਗੁਰਪ੍ਰੀਤ ਵੀਰ ਇਹ ਵੀ ਸੇਵਾ ਦੇ ਵਿੱਚ ਕੈਮਰਾ ਲੈ ਕੇ ਪਹੁੰਚ ਜਾਂਦੇ ਨੇ, ਬਕਾਇਦਾ ਮੈਨੂੰ ਜਿਸ ਕੋਠੀ ਦੇ ਵਿੱਚ ਮੈਂ ਠਹਿਰਿਆ ਹੋਇਆ ਮੈਂ ਮੈਨੂੰ ਚੁੱਕ ਲਿਆ ਜਾਂਦਾ, ਬਾਪੂ ਜੀ ਸਾਨੂੰ ਸਮਾਂ ਦੇ ਦਿੰਦੇ ਨੇ। ਇੱਕ ਹੋਰ ਤੁਹਾਨੂੰ ਦੱਸਾਂਗਾ ਵੀ ਹੋਲੇ ਮਹੱਲੇ ਵਿੱਚ ਇਸ ਵਾਰ 2019 ਦੇ ਵਿੱਚ ਗੜਬੜ ਕੀ ਹੋਈ ਹੈ, ਇਹ ਵੀ ਸਾਂਝ ਆਪਾਂ ਪਾਵਾਂਗੇ, ਪਰ ਅਗਲੇ ਪ੍ਰੋਗਰਾਮ ਦਾ ਇੰਤਜ਼ਾਰ ਕਰਦੇ ਰਹੋ। ਆਪਣੇ ਸੇਵਕ ਹਰਪ੍ਰੀਤ ਸਿੰਘ ਮੱਖੂ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।